ਸਿਮਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰਿਆ। ਮਾਝ ਮਹਿਲਾ ਤੀਜਾ, ਆਪ ਜਾਏ ਤਾਂ ਸਭ ਕਿਛ ਪਾਏ, ਗੁਰ ਸ਼ਬਦੀ ਸੱਚੀ ਲਿਵ ਲਾਏ। ਸੱਚ ਵਣਜ ਹੈ ਸੱਚ ਸੰਗ੍ਰਹਿ ਹੈ, ਸੱਚ ਵਾਪਾਰ ਕਰਾਵਣਿਆ। ਪਰਮ ਸਨਮਾਨ ਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰਦੇ ਗੁਰੂ ਪਿਆਰੇ ਸਤਸੰਗ ਜੀ ਨੂੰ ਜੀ, ਆਪ ਜੀ ਬਹੁਤ ਪਿਆਰ ਵੈਰਾਗ ਸਤਿਕਾਰ ਵਿੱਚ ਜੁੜ ਕੇ ਸਹਿਜ ਪਾਠ ਦੀ ਲੜੀ ਵਿਚਾਰ ਦਾ ਰਸ ਮਾਣ ਰਹੇ ਹੋ। ਸਤਿਗੁਰ ਦੀ ਬੜੀ ਬਖਸ਼ਿਸ਼ ਹੈ, ਸਹਿਜੇ ਸਹਿਜੇ ਸਾਡੀ ਜ਼ਿੰਦਗੀ ਦੇ ਵਿੱਚ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਰਹੀਆਂ ਨੇ, ਸਤਿਗੁਰ ਬਖਸ਼ਿਸ਼ ਕਰ ਰਹੇ ਨੇ। ਇਸੀ ਤਰ੍ਹਾਂ ਗੁਰੂ ਮਿਹਰ ਕਰਨ ਆਪ ਜਿੰਨੇ ਗੁਰਦਰਬਾਰ 'ਚ ਬੈਠੇ ਹੋ, ਅੱਜ ਦੀ ਵਿਚਾਰ ਆਰੰਭੀਏ। ਵਿਚਾਰ ਆਰੰਭਣ ਤੋਂ ਪਹਿਲਾਂ ਸਾਰੇ ਰਸਨਾ ਪਵਿੱਤਰ ਕਰੋ। ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਝ ਮਹੱਲਾ ਤੀਜਾ, ਗੁਰੂ ਅਮਰਦਾਸ ਮਹਾਰਾਜ ਜੀ ਦੀ ਲੜੀ ਦੇ ਮਾਝ ਰਾਗ ਦੇ ਸ਼ਬਦ। ਆਪ ਵੰਝਾਏ ਤਾਂ ਸਭ ਕਿਛ ਪਾਏ, ਇਹ ਆਪ ਦੋ ਅਰਥਾਂ ਦੇ ਵਿੱਚ ਹੈ। ਇੱਕ ਅਰਥ ਹੈ ਪ੍ਰਭੂ ਸਤਿਗੁਰੂ ਵਾਹਿਗੁਰੂ, ਅਤੇ ਇੱਕ ਅਰਥ ਹੈ ਉਸ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਪ੍ਰਾਪਤ ਗੁਰਮੁਖ ਸਤਸੰਗੀ ਜਨ। ਜੇ ਉਹ ਆਪ ਉਦਮ ਕਰੇ, ਸਤਿਗੁਰ ਆਪ ਬਖਸ਼ਿਸ਼ ਕਰਨ, ਆਪ ਵੰਝਾਏ, ਜੇ ਆਪ ਉਦਮ ਕਰੇ, ਉਪਰਾਲਾ ਕਰੇ ਆਪਣੇ ਮਨ ਦੇ ਉੱਤੇ, ਗੁਰੂ ਸ਼ਬਦ ਦਾ ਅੰਕਸ਼ ਰੱਖੇ, ਜਿਸ ਤਰ੍ਹਾਂ ਹਸਤੀ ਸਿਰ ਜਿਉਂ ਅੰਕਸ਼ ਹੈ, ਅਹਿਰਨ ਜਿਉਂ ਸਿਰ ਦੇ ਮਨ ਤਨ ਆ ਗਿਆ ਰਾਖ ਕੈ ਉਪੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀ ਹੈ। ਇਸ ਤਰ੍ਹਾਂ ਜੇ ਸ਼ਬਦ ਦਾ ਅੰਕਸ਼ ਹੋਏ, ਆਪ ਵੰਝਾਏ ਤਾਂ ਸਭ ਕਿਛ ਪਾਏ, ਸਾਰਾ ਕੁਛ ਗੁਰੂ ਦੇ ਨਾਮ ਦੇ ਖਜ਼ਾਨੇ ਨੌ ਨਿਧ ਉਹ ਪ੍ਰਾਪਤ ਕਰ ਲੈਂਦਾ। ਗੁਰ ਸ਼ਬਦੀ ਸੱਚੀ ਲਿਵ ਲਾਏ, ਗੁਰੂ ਦੀ ਸ਼ਬਦ ਦੇ ਵਿੱਚ ਸੱਚੀ ਲਿਵ ਲੱਗਦੀ ਹੈ। ਸੱਚ ਵਣਜ ਹੈ ਸੱਚ ਸੰਗ੍ਰਹਿ ਹੈ, ਸੱਚ ਵਾਪਾਰ ਕਰਾਵਣਿਆ। ਉਸ ਗੁਰਸਿੱਖ ਦੀ ਜ਼ਿੰਦਗੀ ਦਾ ਇੱਕੋ ਇੱਕ ਆਸ਼ਾ ਹੁੰਦਾ ਕਿ ਵਣਜ ਜਿਹੜਾ ਕਰਨਾ ਹੈ ਉਹ ਵਾਹਿਗੁਰੂ ਵਾਹਿਗੁਰੂ ਦਾ ਕਰਨਾ, ਸਿਮਰਨ ਦਾ ਕਰਨਾ, ਗੁਰਮੁਖ ਸਤਸੰਗੀ ਜਨਾਂ ਦੀ ਸੰਗਤ ਦਾ ਵਣਜ ਕਰਨਾ, ਤੇ ਇਕੱਠਾ ਕੀ ਕਰਨਾ, ਸੰਗ੍ਰਹਿ, ਸੰਗ੍ਰਹਿ ਤੋਂ ਭਾਵ ਇਕੱਠਾ ਕਰਨਾ, ਸੱਚ ਨੂੰ ਆਪਾਂ ਸੰਗ੍ਰਹਿ ਕਰਨਾ, ਭਾਵ ਸੱਚ ਨੂੰ ਇਕੱਠਾ ਕਰਨਾ, ਸੱਚ ਦਾ ਹੀ ਵਪਾਰ ਉਸ ਗੁਰਸਿੱਖ ਨੇ ਕਰਨਾ ਹੈ ਜੀ। ਵਾਰੀ ਜੀ ਓ ਵਾਰੀ ਹਰ ਗੁਣ ਅਨ ਦਿਨ ਗਾਵਣਿਆ, ਹਉ ਤੇਰਾ ਤੂੰ ਠਾਕੁਰ ਮੇਰਾ, ਸ਼ਬਦ ਵਡਿਆਈ ਦੇਵਣਿਆ ਰਹਾਉ। ਸਤਿਗੁਰੂ ਜੀ ਕਹਿੰਦੇ ਮੈਂ ਬਲਹਾਰ ਜਾਂਦਾ, ਮੈਂ ਵਾਰਨੇ ਜਾਂਦਾ, ਹਉ ਵਾਰੀ ਜੀਓ ਵਾਰੀ ਹਰ ਗੁਣ ਅੰਨ ਦਿਨ, ਜਿਹੜਾ ਰਾਤ ਦਿਨ ਪ੍ਰਭੂ ਦੇ ਗੁਣਾਂ ਨੂੰ ਗਾ ਰਿਹਾ, ਗਾਵੰਦਾ ਪਿਆ, ਉਦਮ ਕਰ ਰਿਹਾ। ਉਦਮ ਕਰਨਾ ਸਿੱਖ ਦਾ ਫਰਜ਼ ਹੈ, ਉਦਮ ਕਰੇਂਦਿਆਂ ਜੀਓ ਤੂੰ, ਗੁਰੂ ਸਾਹਿਬ ਜੀ ਨੇ ਇਹ ਕਿਹਾ ਹੈ। ਤੇ ਉਦਮ ਕਰਨਾ ਤੇ ਧਿਆਵਣਦਿਆਂ ਸੁਖ ਪੁੰਜ, ਗੁਰੂ ਸਾਹਿਬ ਨੂੰ ਧਿਆਉਣਾ ਹੈ, ਗੁਰੂ ਸਾਹਿਬ ਜੀ ਨੇ ਇਹ ਬਖਸ਼ਿਸ਼ ਕੀਤੀ ਹੈ। ਉਦਮ ਕਰੇਂਦਿਆਂ ਜੀਓ ਤੂੰ, ਕਮਾਵਣਦਿਆਂ ਸੁਖ ਪੁੰਜ, ਧਿਆਉਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਇਸ ਤਰ੍ਹਾਂ ਜਿਹੜਾ ਗੁਰਸਿੱਖ ਅੰਨ ਦਿਨ ਰਾਤ ਦਿਨ ਧਿਆਉਂਦਾ ਹੈ, ਉਸ ਪ੍ਰਭੂ ਦੇ ਗੁਣ ਨੂੰ ਗਾਉਂਦਾ ਹੈ, ਗੁਰੂ ਸਾਹਿਬ ਕਹਿੰਦੇ ਬੜੀ ਬਖਸ਼ਿਸ਼ ਹੁੰਦੀ ਹੈ। ਫਿਰ ਉਸ ਸਤਿਗੁਰ ਜੀ ਦੇ ਉੱਤੇ ਇਹ ਬਖਸ਼ਿਸ਼ ਕਰਦੇ ਹੈ, ਹਉ ਤੇਰਾ ਤੂੰ ਠਾਕੁਰ ਮੇਰਾ, ਮੈਂ ਉਸ ਪ੍ਰਭੂ ਦਾ ਹੋ ਜਾਂਦਾ ਤੇ ਠਾਕੁਰ ਉਸ ਜੀ ਦਾ ਹੋ ਜਾਂਦਾ, ਕੋਈ ਫਰਕ ਨਹੀਂ ਰਹਿ ਜਾਂਦਾ। ਅਬ ਤੋ ਜਾਏ ਚੜ੍ਹੈ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ, ਏਕ ਭਏ ਹੈ ਕੋਈ ਨਾ ਸਕੇ ਹੈ ਪਛਾਣੀ, ਹਉ ਤੇਰਾ ਤੂੰ ਠਾਕੁਰ ਮੇਰਾ, ਸ਼ਬਦ ਵਡਿਆਈ ਦੇਵਣਿਆ। ਸ਼ਬਦ ਇੰਨੀ ਵਡਿਆਈ ਦਿੰਦਾ, ਇੰਨੀ ਕੁ ਵਡਿਆਈ ਕਰਾਉਂਦਾ ਕਿ ਇਸ ਧਰਤੀ ਦੇ ਮਨੁੱਖਾਂ ਦੀ ਭਾਵੇਂ ਉਹ ਰਾਜੇ ਹੋ ਜਾਣ, ਪਾਤਸ਼ਾਹ ਹੋ ਜਾਣ, ਭਾਵੇਂ ਉਹ ਕਿੰਨੇ ਮਰਜ਼ੀ ਦੌਲਤਵਾਨ ਹੋ ਜਾਣ, ਪਰ ਜਿਹੜੀ ਵਡਿਆਈ ਗੁਰਮੁਖ ਦੀ ਸ਼ਬਦ ਦੀ ਕਮਾਈ ਦੇ ਵਿੱਚ ਹੈ, ਉਹ ਵਡਿਆਈ ਸਭ ਤੋਂ ਉੱਤਮ ਹੈ ਜੀ। ਰਹਾ ਵੇਲਾ ਵਕਤ ਸਭ ਸੁਹਾਇਆ,
ਜਿਤ ਸੱਚਾ ਮੇਰੇ ਮਨ ਪਾਇਆ, ਸੱਚੇ ਸੇਵੈ ਸੱਚ ਵਡਿਆਈ, ਗੁਰ ਕਿਰਪਾ ਤੇ ਸੱਚ ਪਾਵਣਿਆ। ਉਹਦੇ ਲਈ ਵੇਲਾ ਵਕਤ ਸਭ ਸੋਹਣਾ ਹੀ ਹੁੰਦਾ ਹੈ। ਮਨ ਦੇ ਵਿੱਚ ਸ਼ਬਦ ਹੈ, ਗੁਰੂ ਦੀ ਵਿਚਾਰ ਹੈ, ਸਾਰਾ ਵੇਲਾ ਸਾਰਾ, ਜਿਸ ਤਰ੍ਹਾਂ ਅੱਜ ਮੰਗਰ ਮਾਹੇ ਸੋਹਣ ਦੀਆਂ ਫਿਰ ਸੰਗ ਬੈਠਣੀਆਂ, ਜਿਹੜੇ ਪ੍ਰੀ ਪ੍ਰਭੂ ਦੇ ਨਾਲ ਬੈਠੀਆਂ ਨੇ। ਗੁਰੂ ਸਾਹਿਬ ਕਹਿੰਦੇ ਤਿਨਕੀ ਸ਼ੋਭਾ ਕਿਆ ਗਣੀ ਜੋ ਸਾਹਿਬ ਮਿਲਣੀ। ਜਿਹੜੇ ਸਾਹਿਬ ਨੂੰ ਮਿਲਣ ਦੇ ਯਤਨ ਲਈ ਤੁਰ ਪਈਆਂ ਜੀਵ ਇਸਤਰੀਆਂ, ਗੁਰੂ ਸਾਹਿਬ ਕਹਿੰਦੇ ਉਹਨਾਂ ਦਾ ਸਮਾਂ ਵੀ ਧਨ ਹੈ, ਉਹ ਪਲ ਵੀ ਧਨ ਹੈ, ਉਹ ਜੀਵਨ ਵੀ ਧਨ ਹੈ। ਕਹਿੰਦੇ ਸਭ ਕੁਛ ਪ੍ਰਵਾਨ ਹੈ ਜੀ, ਜਿਹਨੇ ਜੋ ਧਿਆ ਲਿਆ, ਜਿਸ ਵੇਲੇ ਧਿਆ ਲਿਆ, ਉਹ ਵੇਲਾ ਅੰਮ੍ਰਿਤ ਵੇਲਾ ਬਣ ਗਿਆ। ਗੁਰੂ ਸਾਹਿਬ ਕਹਿੰਦੇ ਇਸੀ ਤਰ੍ਹਾਂ, ਕਹਿੰਦੇ ਉਹ ਜਿਸ ਵੇਲਾ ਵੇਲਾ ਵਕਤ ਸਭ ਸੁਹਾਇਆ ਸੋਹਣਾ ਹੁੰਦਾ ਸ਼ੋਭਦਾ, ਜਿੱਤ ਸੱਚਾ ਮੇਰੇ ਮਨ ਪਾਇਆ, ਪ੍ਰਭੂ ਭਾ ਗਿਆ, ਉਹ ਵੇਲਾ ਉਹ ਮਹੂਰਤ ਉਹ ਮੂਰਤ ਉਹ ਪਲ ਉਹ ਵਿਸਵੇ ਚਸੀਆਂ ਘੜੀਆਂ ਪਹਿਰਾਂ ਉਹ ਸਭ ਕੁਛ ਪ੍ਰਵਾਨ ਹੋ ਜਾਂਦੀਆਂ ਨੇ। ਸੱਚੇ ਸੇਵਿਆ ਸੱਚ ਵਡਿਆਈ, ਗੁਰ ਕਿਰਪਾ ਤੇ ਸੱਚ। ਇੱਥੇ ਹੈ ਸੇਵਣ ਦੇ ਨਾਲ, ਜਿਹੜਾ ਸੇਵੇਗਾ ਸੇਵਿਆ, ਅਰਥ ਦਾ ਧਿਆਨ ਰੱਖਿਓ। ਜੇ ਸੇਵੀਆ ਹੁੰਦਾ ਤੇ ਜਿਹਨੇ ਸੇਵ ਲਿਆ, ਇੱਥੇ ਗੁਰੂ ਸਾਹਿਬ ਉਪਦੇਸ਼ ਕਰਦੇ ਸੱਚੇ ਨੂੰ ਸੇਵਿਆ ਕਰੋ ਜੀ, ਸਾਰੇ ਰਲ ਕੇ ਜਿਹੜੇ ਸੱਚੇ ਸੇਵਣਗੇ ਉਹ ਸੱਚ ਦੀ ਵਡਿਆਈ ਪਾਉਣਗੇ, ਗੁਰੂ ਦੀ ਕਿਰਪਾ ਦੇ ਨਾਲ ਸੱਚ ਨੂੰ ਪਾ ਲੈਣਗੇ ਜੀ। ਪਾਓ ਭੋਜਨ ਸਤਿਗੁਰ ਤੁਠੈ ਪਾਏ, ਹਨ ਰਸ ਚੂਕੈ ਹਰ ਰਸ ਮਨ ਵਸਾਏ, ਸੱਚ ਸੰਤੋਖ ਸਹਿਜ ਸੁਖ ਬਾਣੀ, ਪੂਰੇ ਗੁਰ ਤੇ ਪਾਵਣਿਆ। ਫਿਰ ਉਹਨਾਂ ਦੀ ਰੂਹ ਦੀ ਖੁਰਾਕ, ਸਾਰਾ ਸੰਸਾਰ ਸਰੀਰ ਦੀ ਖੁਰਾਕ ਲਈ ਆਪਣੇ ਆਪ ਦੇ ਵਿੱਚ ਯਤਨ ਕਰਦਾ ਹੈ। ਗੁਰਮੁਖ ਜੀ ਜਿੱਥੇ ਸਰੀਰ ਨੂੰ ਖੁਰਾਕ ਦਿੰਦੇ ਹੈ, ਜਿੰਨੀ ਕੁ ਲੋੜ ਹੈ, ਉੱਥੇ ਉਹ ਆਪਣੀ ਰੂਹ ਦੀ ਆਤਮਕ ਜੀਵਨ ਦੀ ਖੁਰਾਕ ਨੂੰ ਸਮਝਦੇ ਹੈ ਕਿ ਭਾਈ ਇਸ ਆਤਮਾ ਨੂੰ ਵੀ ਖੁਰਾਕ ਚਾਹੀਦੀ, ਇਸ ਆਤਮਕ ਜੀਵਨ ਦੀ ਵੀ ਖੁਰਾਕ ਹੈ, ਉਹ ਹੈ ਭਾਉ ਭੋਜਨ, ਗੁਰੂ ਦਾ ਪ੍ਰੇਮ, ਗੁਰੂ ਦੀ ਭਗਤੀ ਖੁਰਾਕ ਹੈ। ਸਤਿਗੁਰ ਤੁਠ ਹੈ ਪਾਏ, ਗੁਰੂ ਨੇ ਕਿਰਪਾ ਕਰਤੀ, ਇਹ ਸਮਝ ਆ ਗਿਆ। ਬਾਕੀ ਦੁਨੀਆਂ ਨੂੰ ਨਹੀਂ ਪਤਾ, 84 ਲੱਖਾਂ ਨੂੰ ਨਹੀਂ ਪਤਾ ਕਿ ਜਿਸ ਤਰ੍ਹਾਂ ਸਰੀਰ ਨੂੰ ਭੋਜਨ ਦੇਣਾ, ਇਹ ਰੂਹ ਵੀ ਉਮਰਾ ਗਈ ਹੈ ਅੰਦਰ, ਇਹ ਉਸ ਪ੍ਰਭੂ ਦੇ ਪਿਆਰ ਦੀ ਭੁੱਖੀ ਹੈ। ਇਹਨੂੰ ਪਿਆਰ ਨਹੀਂ ਮਿਲਿਆ, ਇਹਨੂੰ ਪ੍ਰਭੂ ਦਾ ਅੰਮ੍ਰਿਤ ਨਹੀਂ ਮਿਲਿਆ, ਇਹ ਪਿਆਸੀ ਹੈ, ਇਹ ਅੰਦਰ ਮੁਰਝਾ ਗਈ ਹੈ। ਇਹਨੂੰ ਭਾਉ ਭੋਜਨ ਦਿੱਤਾ ਹੈ ਗੁਰੂ ਦੀ ਕਿਰਪਾ ਨਾਲ, ਅਨਰਸ ਚੁੱਕਿਆ, ਜਿੰਨੇ ਵੀ ਰਸ ਨੇ ਇਸ ਸੰਸਾਰ ਦੇ ਇਸ ਜੇਬਾਂ ਦੇ ਇਹ ਰਹਿ ਗਏ ਨੇ। ਹਰ ਰਸ ਮਨ ਵਸਾਏ, ਹਰੀ ਦਾ ਰਸ ਮਨ ਚ ਵਸ ਗਿਆ, ਫਿਰ ਕਿਹੜੀ ਅਵਸਥਾ ਹੋਈ? ਫਿਰ ਮਿਲਿਆ ਸੱਚ ਸੰਤੋਖ ਸਹਿਜ ਸੁਖ ਬਾਣੀ। ਕਹਿੰਦੇ ਇੱਕ ਬਾਣੀ ਦੇ ਵਿੱਚ ਇੰਨੇ ਗੁਣ ਮਿਲ ਗਏ, ਇੱਕ ਬਾਣੀ ਨੂੰ ਗਾਵਿਆ, ਇੱਕ ਬਾਣੀ ਨੂੰ ਧਿਆਇਆ, ਉਹਦੇ ਵਿੱਚੋਂ ਹੀ ਸੱਚ, ਉਹਦੇ ਵਿੱਚੋਂ ਸੰਤੋਖ, ਉਹਦੇ ਵਿੱਚੋਂ ਸਹਿਜ, ਉਹਦੇ ਵਿੱਚੋਂ ਸੁਖ। ਗੁਰੂ ਸਾਹਿਬ ਕਹਿੰਦੇ ਇਹ ਸਾਰਾ ਕੁਝ ਪੂਰੇ ਗੁਰ ਤੇ ਪਾਵਣਿਆ। ਸਤਿਗੁਰ ਨਾ ਸੇਵੈ ਮੂਰਖ ਅੰਧ ਗਵਾਰਾ, ਫਿਰ ਓਏ ਕਿੱਥੋਂ ਪਾਇਨ ਮੋਖ ਦੁਆਰਾ, ਮਰ ਮਰ ਜੰਮੈ ਫਿਰ ਫਿਰ ਆਵਹਿ, ਜਮਦਰ ਚੋਟਾਂ ਖਾਵਣਿਆ। ਗੁਰੂ ਪਿਆਰਿਓ, ਸਤਿਗੁਰ ਨੂੰ ਨਹੀਂ ਸੇਵਿਆ, ਗੁਰੂ ਸਾਹਿਬ ਨੇ ਕਿਹਾ ਕੋਈ ਗੱਲ ਨਹੀਂ, ਜੇ ਨਹੀਂ ਵੀ ਸੇਵਿਆ ਤੇ ਦੁਨੀਆਂ ਵਾਲੇ ਤੁਹਾਨੂੰ ਮੂਰਖ ਵੀ ਕਹਿਣਗੇ। ਜਿਹੜੇ ਗੁਰਮੁਖ ਹੋਣਗੇ ਉਹ ਸਮਝਣਗੇ, ਭਾਈ ਮੂਰਖ ਤੋਂ ਭਾਵ ਕੱਲੀ ਗਿਆਨ ਦੀਆਂ 4 ਗੱਲਾਂ ਕਰ ਲੈਣੀਆਂ। ਗੁਰੂ ਸਾਹਿਬ ਕਹਿੰਦੇ ਇਹ ਕੋਈ ਵਡਿਆਈ ਨਹੀਂ ਹੈ। ਸਤਿਗੁਰ ਨੂੰ ਸੇਵਣ ਵਾਲੇ ਚੁੱਪ ਚੁਬੋਲੇ ਹੋ ਜਾਂਦੇ ਆ, ਉਹ ਘੱਟ ਬੋਲਦੇ ਆ, ਉਹ ਬਿਲਕੁਲ ਐਨ ਅੰਦਰ ਸਿਮਰਨ ਦੇ ਵਿੱਚ ਗੁਰੂ ਕੇ ਪਿਆਰ ਦੇ ਵਿੱਚ ਜੁੜੇ ਹੁੰਦੇ ਆ। ਉਹਨਾਂ ਦੇ ਮਨ ਦੇ ਵਿੱਚ ਕੋਈ ਵੀ ਤੌਖਲੇ ਵਾਲੀ ਬਿਰਤੀ ਨਹੀਂ ਹੁੰਦੀ, ਕਿਸੇ ਦੀ ਨਿੰਦਾ, ਕਿਸੇ ਦੀ ਚੁਗਲੀ, ਕਿਸੇ ਬਾਰੇ ਕੁਬੋਲ, ਕਿਸੇ ਬਾਰੇ ਇੰਸਟੈਂਟ ਰਿਐਕਸ਼ਨ, ਉਹ ਬੜੇ ਸਹਿਜ ਦੇ ਵਿੱਚ ਵਿਚਰਦੇ ਆ। ਉਹਨਾਂ ਨੂੰ ਦੇਵ ਦ੍ਰਿਸ਼ਟੀ ਦਾ ਪਤਾ ਹੁੰਦਾ, ਉਹਨਾਂ ਨੂੰ ਟੋਲ ਕੇ ਬੋਲਣਾ ਆਉਂਦਾ। ਗੁਰੂ ਸਾਹਿਬ ਕਹਿੰਦੇ ਇਹ ਹੈ, ਜਿਹੜੇ ਨਹੀਂ ਇਹ ਸੇਵਦੇ, ਕਹਿੰਦੇ ਫਿਰ ਉਹ ਮੂਰਖ ਹੁੰਦੇ ਆ, ਅੰਧ ਗਾਵਾਰ, ਉਹਨਾਂ ਦੇ ਅੰਦਰ ਹਨੇਰਾ ਹੁੰਦਾ ਗਵਾਰ ਪੁਣੇ ਦਾ, ਕਿਉਂਕਿ ਗੁਰੂ ਦਾ ਗਿਆਨ ਨਹੀਂ ਵਸਿਆ। ਫਿਰ ਉਹ ਕਿੱਥੋਂ ਪਾਇਨ, ਕਿਵੇਂ ਫਿਰ ਉਹ ਪਾ ਲੈਣਗੇ? ਭਾਈ ਇੰਨਾ ਕੁ ਗਿਆਨ ਇਕੱਠਾ ਕਰ ਲਿਆ ਸੰਸਾਰ ਦਾ, ਹਜੇ ਤੱਕ ਅੰਧ ਗਵਾਰ ਤੇ ਮੂਰਖ ਹੋਣਾ ਨਹੀਂ ਗਿਆ, ਫਿਰ ਉਹ ਕਿੱਥੋਂ ਪਾਇਨ? ਕਿੱਥੋਂ ਵੀ ਨਹੀਂ ਪਾ ਸਕਦੇ ਉਹ ਮੋਖ ਦੁਆਰ।
ਉਹ ਗੁਰੂ ਦੀ ਬਖਸ਼ਿਸ਼ ਤੋਂ ਹੀ ਆਪਣਾ ਆਪ ਮਾਰ ਕੇ ਆਉਣਗੇ। ਮਰ ਮਰ ਜੰਮਹਿ ਫਿਰ ਫਿਰ ਆਵੈ ਜਮਦਰ ਚੋਟਾਂ ਹਾਵਣਿਆ। ਉਹ ਆਪਣੀ ਅਹੰਕਾਰ ਦੇ ਵਿੱਚ ਜਨਮਾਂ ਮਰਨਾ ਵਿੱਚ ਰਹਿੰਦੇ ਹਾਂ ਜੀ। ਸ਼ਬਦ ਸਾਧ ਜਾਣ ਹੈ ਤਾਂ ਆਪ ਪਛਾਣ ਹੈ, ਨਿਰਮਲ ਬਾਣੀ ਸ਼ਬਦ ਵਖਾਣ ਹੈ, ਸੱਚੇ ਸੇਵ ਸਦਾ ਸੁਖ ਪਾਇਨ, ਨੌ ਨਿਦ ਨਾਮ ਮਨ ਵਸਾਵਣ। ਗੁਰੂ ਸਾਹਿਬ ਕਹਿੰਦੇ ਜਿੰਨਾ ਚਿਰ ਤੱਕ ਅੰਨ ਰਸ ਲੱਗੇ ਹੋਏ ਨੇ, ਹੋਰ ਰਸ ਲੱਗੇ ਨੇ ਜੀਵਾਂ ਨੂੰ, ਉਹਨਾਂ ਚਿਰ ਤੱਕ ਸ਼ਬਦ ਦਾ ਰਸ ਨਹੀਂ ਆਏਗਾ। ਜਿਸ ਵੇਲੇ ਅੰਨ ਰਸ ਹਟ ਗਏ ਨੇ, ਇਹ ਜੀਵਾਂ ਦੇ ਉੱਤੇ ਨਾਮ ਦਾ ਸ਼ਬਦ ਦਾ ਰਸ ਆ ਗਿਆ, ਸ਼ਬਦ ਹੈ ਸਾਧ ਜਾਣਾ ਤਾਂ ਆਪ ਪਛਾਣ ਹੈ, ਆਪਣੇ ਆਪ ਦੀ ਪਛਾਣ ਹੋਏਗੀ। ਭਾਈ ਇੱਥੇ ਕਰਨ ਕੀ ਆਇਆ, ਪ੍ਰਾਣੀ ਤੂੰ ਆਇਆ ਲਾਹ ਲੈਣ, ਲੱਗਾ ਕਿੱਕ ਕੁਫਕੜੈ ਸਭ ਮੁਕਦੀ ਚੱਲੀ ਰਹਿਣ। ਇਹ ਪਛਾਣ ਹੋਈ, ਨਿਰਮਲ ਬਾਣੀ ਸ਼ਬਦ ਵਖਾਣਾ, ਬਾਣੀ ਨਿਰਮਲ ਹੈ, ਮਨ ਨਿਰਮਲ ਹੋ ਗਿਆ, ਜ਼ੁਬਾਨ ਤੋਂ ਵਖਾਣ ਬੋਲਣਾ ਸਿਰਫ ਹੁਣ ਬਾਣੀ ਦਾ ਹੀ ਸ਼ਬਦ ਹੈ, ਬਾਣੀ ਦਾ ਹੀ ਸੱਚ ਹੈ। ਸੱਚੇ ਸੇਵ ਸਦਾ ਸੁਖ ਪਾਇਨ, ਨੌ ਨਿਦ ਨਾਮ ਮਨ। ਗੁਰੂ ਸਾਹਿਬ ਕਹਿੰਦੇ ਜਿਹੜੇ ਸ਼ਬਦ ਨੂੰ ਸੇਵਦੇ ਨੇ, ਸ਼ਬਦ ਨੂੰ ਵਖਾਣਦੇ ਨੇ, ਵਖਿਆਣ ਕਰਦੇ ਨੇ ਸ਼ਬਦ ਨੂੰ, ਸੱਚੇ ਨੂੰ ਸੇਵਦੇ ਨੇ, ਕਹਿੰਦੇ ਉਹਨਾਂ ਦੇ ਅੰਦਰ ਨੌ ਨਿਤੀਆਂ ਖਜ਼ਾਨੇ ਨਾਮ ਦੇ ਗੁਰੂ ਮਨ ਦੇ ਵਿੱਚ ਵਸਾ ਜਾਂਦਾ। ਕਹਿੰਦੇ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ। ਗੁਰੂ ਸਾਹਿਬ ਕਹਿੰਦੇ ਕਿ ਗੁਰਸਿੱਖਾਂ ਦੇ ਜੀਵਨ ਦੇ ਅੰਦਰ, ਉਹਨਾਂ ਦੇ ਹਿਰਦੇ ਦੇ ਅੰਦਰ ਨੌ ਨਿਤੀਆਂ ਮੌਜੂਦ ਹੁੰਦੀਆਂ ਨੇ, ਨਾਮ ਦੇ ਖਜ਼ਾਨੇ ਮੌਜੂਦ ਹੁੰਦੇ ਨੇ, ਪਰ ਕਈ ਵਾਰੀ ਗੁਰਸਿੱਖ ਵੀ ਅਚੇਤ ਹੁੰਦੇ ਨੇ। ਪਰ ਉਹਨਾਂ ਨੂੰ ਗੁਰੂ ਆਪ ਹੀ ਪ੍ਰਗਟ ਕਰਾਉਂਦਾ ਕਿ ਜਿਹੜੇ ਸੱਚ ਨਾਲ ਜੁੜੇ ਹੋਏ ਨੇ, ਉਹਨਾਂ ਦੇ ਅੰਦਰ ਇਹ ਨਾਮ ਦੇ ਨੌ ਨਿਧੀਆਂ ਦੇ ਖਜ਼ਾਨੇ ਹੁੰਦੇ ਨੇ ਜੀ। ਸੋ ਥਾਨ ਸੁਹਾਇਆ ਜੋ ਹਰ ਮਨ ਪਾਇਆ, ਸਤ ਸੰਗਤ ਬਹਿ ਹਰ ਗੁਣ ਗਾਇਆ, ਅਨ ਦਿਨ ਹਰ ਸਾਲਾ ਹੈ ਸਾਚਾ, ਨਿਰਮਲ ਨਾਦ ਵਜਾਵਣ। ਗੁਰੂ ਸਾਹਿਬ ਕਹਿੰਦੇ ਪਹਿਲੀ ਗੱਲ ਤੇ ਇਹ ਕਿ ਨਾਮ ਜਪਦੇ ਜਪਦੇ, ਸੱਚ ਨੂੰ ਸੇਵਦੇ ਸੇਵਦੇ ਗੁਰੂ ਨੇ ਸਹਿਜ ਸੁਭਾਏ ਮਨ ਦੇ ਵਿੱਚ ਨੌ ਨਿਤ ਨਾਮ ਵਸਾ ਦਿੱਤਾ, ਸਹਿਜ ਸੁਭਾਏ। ਹੁਣ ਕੀ ਚੰਗਾ ਲੱਗਦਾ? ਸੋ ਥਾਨ ਸੁਹਾਇਆ ਜੋ ਹਰ ਮਨ ਪਾਇਆ। ਇੱਕ ਜਿਹੜਾ ਥਾਨ ਹੈ ਜਿਹੜਾ ਆਪਾਂ ਬਾਹਰੀ ਤੌਰ ਤੇ ਇੱਥੇ ਤਪ ਕਰਨੇ ਆ ਬਹਿ ਕੇ, ਇੱਕ ਥਾਂ ਹੈ ਸਾਡਾ ਹਿਰਦਾ ਜਿੱਥੇ ਇਸ ਤਪ ਦਾ ਅਸਰ ਹੋ ਰਿਹਾ। ਇਹ ਦੋ ਥਾਂ ਨੇ, ਇੱਕ ਆਪਾਂ ਆਪਣੇ ਸਰੀਰ ਰੂਪ ਲੈ ਕੇ ਬੈਠੇ ਹਾਂ ਜਿਹਨੂੰ ਆਪਾਂ ਸੂਲ ਕਹਿੰਦੇ ਹਾਂ, ਇੱਕ ਥਾਂ ਹੈ ਸੂਖਸ਼ਮ ਸਾਡਾ ਹਿਰਦਾ, ਸਾਡਾ ਮਨ, ਸਾਡਾ ਚਿੰਤਨ, ਸਾਡਾ ਚੇਤਨ, ਸਾਡਾ ਅੰਤਹਿਕਰਨ, ਜਿੱਥੇ ਇੱਥੇ ਬੈਠੇ ਹੋਣ ਦਾ ਅਸਰ ਸਾਡੇ ਮਨ 'ਚ ਪੈ ਰਿਹਾ। ਗੁਰੂ ਸਾਹਿਬ ਕਹਿੰਦੇ ਉਸ ਥਾਂ ਨਾ ਹਰੀ ਪ੍ਰਭੂ ਨੂੰ ਸੋਹਣਾ ਲੱਗਣ ਲੱਗ ਜਾਂਦਾ। ਸਤ ਸੰਗਤ ਬਹਿ ਹਰ ਗੁਣ ਗਾਇਆ, ਅੰਨ ਦਿਨ ਹਰ ਸਾਲਾ ਹੈ ਸੱਚਾ, ਨਿਰਮਲ ਨਾਦ ਵਜਾਵਣਿਆ। ਜਿਨ੍ਹਾਂ ਨੇ ਸੰਗਤ ਦੇ ਵਿੱਚ ਬੈਠ ਕੇ ਹਰੀ ਦਾ ਗੁਣ ਗਾ ਲਿਆ, ਉਹਨਾਂ ਨੂੰ ਸੱਚ ਨੂੰ ਸਲਾਹਣ ਦੀ ਦਾਤ ਮਿਲ ਜਾਂਦੀ ਹੈ ਰਾਤ ਦਿਨ, ਫਿਰ ਉਹਨਾਂ ਦੇ ਅੰਦਰ ਪ੍ਰਭੂ ਦੇ ਨਾਦ ਵੱਜ ਰਹੇ ਹੁੰਦੇ ਨੇ ਜੀ। ਮਨਮੁਖ ਖੋਟੀ ਰਾਸ ਖੋਟਾ ਪਾ ਸਾਰਾ, ਕੂੜ ਕਮਾਵਣ ਦੁੱਖ ਲਾਗੈ ਪਾਰਾ, ਪਰਮੇ ਪੂਲੇ ਫਿਰਨ ਦਿਨ ਰਾਤੀ, ਮਰ ਜਨਮੈ ਜਨਮ ਗਵਾਵਣ। ਮਨਮੁੱਖਾਂ ਦਾ ਜਿਹੜਾ ਲੈਣ ਦੇਣ ਹੁੰਦਾ, ਮਨਮੁੱਖਾਂ ਕੇਰੀ ਦੋਸਤੀ ਮਾਇਆ ਕਰਸ਼ਨ, ਮਨ ਵੇਖਦਿਆਂ ਹੀ ਭੱਜ ਜਾਣ, ਕਦੀ ਨਾ ਪਾਇਨ ਬੰਦ, ਚਿੱਚਰ ਪਹਿਨਣ ਖਾਵਣੇ, ਚਿੱਚਰ ਰੱਖਣ ਗੰਢ, ਜਿਤ ਦਿਨ ਕਛੂ ਨਾ ਹੋਵਣੀ ਤਿਤ ਦਿਨ ਬੋਲਣ ਗੰਧ। ਉਹਨਾਂ ਨੇ ਗੰਧ ਹੀ ਬੋਲਣਾ ਹੈ। ਜਿਸ ਦਿਨ ਤੁਹਾਡੇ ਨਾਲ ਸਾਂਝ ਹੈ, ਤੁਹਾਡੇ ਕੋਲ ਸਾਰੀ ਆਓ ਭਗਤ ਹੈ, ਉਹਨਾਂ ਲਈ ਉਹਨਾਂ ਦਿਨ ਤੱਕ ਤੁਹਾਡੀ ਉਹ ਸਿਫਤ ਤੋਂ ਸਲਾਹ ਦੇ ਸੋਹਲੇ ਗਾਉਣਗੇ। ਜਿਸ ਦਿਨ ਤੁਸੀਂ ਕਹਿਤਾ ਨਾ ਭਾਈ ਹੁਣ ਸਾਡਾ ਸਮਾਂ ਹੋ ਗਿਆ ਸੰਗਤ ਦਾ, ਉਸੀ ਦਿਨ ਤੋਂ ਉਹ ਨਿੰਦਾ ਕਰਨੀ ਸ਼ੁਰੂ ਕਰ ਦੇਣਗੇ ਤੁਹਾਡੀ, ਇੱਕ ਦਿਨ ਬੋਲਣ ਦਾ। ਕਹਿੰਦੇ ਇਹ ਹੈ ਮਨਮੁੱਖ ਖੋਟੀ ਰਾਸ ਖੋਟਾ ਪਾਸਾਰਾ, ਉਹਨਾਂ ਦਾ ਪਾਸਾਰਾ ਇਹੋ ਜਿਹਾ ਹੀ ਹੈ ਮੱਤ ਦਾ। ਕੂੜ ਕਮਾਵੈ ਦੁੱਖ ਲੱਗੈ ਭਾਰਾ, ਕੂੜ ਕਮਾਉਂਦੇ ਨੇ ਤੇ ਦੁੱਖ ਉਹਨਾਂ ਨੂੰ ਭਾਰਾ, ਡਾਢਾ ਦੁੱਖ ਲੱਗਦਾ। ਭਰਮੇ ਭੂਲੇ ਫਿਰਨ ਦਿਨ ਰਾਤੀ, ਮਰ ਜਨਮ ਹੈ ਜਨਮ ਗਵਾ ਬਣਿਆ। ਇਹ ਬੇਸ਼ਕੀਮਤੀ ਰਤਨ ਸੀ, ਉਹ ਕੂੜ ਦੇ ਪਾਸੇ ਲੱਗ ਕੇ ਇਹੋ ਜਿਹਾ ਵਣਜ, ਇਹੋ ਜਿਹੀ ਖੋਟੀ ਰਾਸ ਗੱਲ ਉਹਨਾਂ ਨੇ ਆਪਣਾ ਅਮੋਲਕ ਜਨਮ ਗਵਾ ਲਿਆ ਜੀ। ਸੱਚਾ ਸਾਹਿਬ ਮੈਂ ਅਤ ਪਿਆਰਾ, ਪੂਰੇ ਗੁਰ ਕੈ ਸ਼ਬਦ ਆਧਾਰਾ, ਨਾਨਕ ਨਾਮ ਮਿਲੇ ਵਡਿਆਈ,
ਦੁੱਖ ਸੁੱਖ ਸਮ ਕਰ ਜਾਣਿਆ। ਸੱਚਾ ਸਾਹਿਬ ਮੇਰਾ ਬੜਾ ਪਿਆਰਾ ਹੈ, ਮੈਨੂੰ ਬਹੁਤ ਚੰਗਾ ਲੱਗਣ ਲੱਗ ਗਿਆ, ਕਿਉਂਕਿ ਹੁਣ ਸੰਗਤ ਉਹਨਾਂ ਦੀ ਹੋ ਗਈ ਜਿਨ੍ਹਾਂ ਦਸੰਦੜਿਆਂ ਦੁਰਮਤ ਵਹੀਆਂ, ਮਿੱਤਰ ਅਸਾਜੜੇ ਸਹੀ, ਹੁਣ ਉਹਨਾਂ ਨਾਲ ਮਿੱਤਰਤਾ ਹੋ ਗਈ। ਹੁਣ ਗੁਰਮੁਖ ਸਤਸੰਗੀ ਜਿਨ੍ਹਾਂ ਦੇ ਨਾਲ ਬਹਿਣਾ, ਜੋ ਕਿ ਸਤਿਗੁਰ ਸਿੱਖੜਾ ਇਸ ਨਿਵ ਨਿਵ ਲਾਗੂ ਪਾਏ ਗਈ, ਉਹਨਾਂ ਦੇ ਨਾਲ ਬਹਿਣ ਦੀ ਹੁਣ ਫਿਰਤੀ ਹੋ ਗਈ। ਪ੍ਰਭੂ ਸੋਹਣਾ ਪਿਆਰਾ ਲੱਗਣ ਲੱਗ ਗਿਆ, ਪੂਰਾ ਗੁਰ ਕਹਿ ਸ਼ਬਦ ਆਧਾਰਾ, ਸ਼ਬਦ ਆਧਾਰ ਹੋ ਗਿਆ। ਹੁਣ ਕਿਸੇ ਦੀ ਟੇਕ ਨਹੀਂ ਲਈ, ਕਿਸੇ ਦਾ ਆਸਰਾ ਨਹੀਂ, ਕਿਸੇ ਦਾ ਆਧਾਰ ਨਹੀਂ, ਹੁਣ ਸ਼ਬਦ ਦਾ ਆਧਾਰ ਹੈ। ਨਾਨਕ ਨਾਮ ਮਿਲੇ ਵਡਿਆਈ, ਦੁੱਖ ਸੁੱਖ ਸਮ ਕਰ, ਦੁੱਖ ਸੁੱਖ ਸਮ ਕਰ ਜਾਣ, ਇਹ ਸਭ ਤੋਂ ਪਰਮ ਅਵਸਥਾ ਹੈ। ਜਿਸ ਵੇਲੇ ਗੁਰੂ ਨੇ ਸ਼ਬਦ ਦੀ ਕਮਾਈ ਦੀ ਇਹ ਬਿਰਤੀ ਬਿਰਦੇ ਚ ਟਿਕਾ ਤੀ, ਸ਼ਬਦ ਟੇਕ ਲੱਗੇਗੀ, ਸ਼ਬਦ ਆਧਾਰ ਲੱਗੇਗਾ, ਹੁਣ ਕਿਸੇ ਵੱਲ ਤੱਕਣ ਦਾ, ਕਿਸੇ ਨੂੰ ਧਿਆਉਣ ਦਾ ਕਿਤੇ ਹੋਰ ਧਿਆਨ ਨਹੀਂ ਹੈ। ਹੁਣ ਦੁੱਖ ਤੇ ਸੁੱਖ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਿਆ, ਸੁੱਖ ਸਨੇ ਅਰ ਭੈ ਨਹੀਂ ਜਾਕੇ, ਕੰਚਨ ਮਾਟੀ ਮੰਨ। ਹੁਣ ਹਰਕ ਤੇ ਸੋਗ ਇੱਕੋ ਜਿਹਾ ਹੋ ਗਿਆ। ਗੁਰੂ ਸਾਹਿਬ ਕਹਿੰਦੇ ਇਹ ਪਰਮ ਅਵਸਥਾ ਦੀ ਜਿਹੜੀ ਬਿਰਤੀ ਹੈ ਨਾ, ਉਹ ਗੁਰੂ ਦੀ ਬਖਸ਼ਿਸ਼ ਦੇ ਨਾਲ ਗੁਰਮੁਖ ਜਾਣ ਲੇਗਾ ਜੀ। ਮਾਝ ਮਹਿਲਾ ਤੀਜਾ, ਬਾਣੀ ਬਿਨ ਨਾਵੇਂ ਸਭ ਪਰਮ ਪੁਲਾਣੀ, ਗੁਰ ਸੇਵਾ ਤੇ ਹਰ ਨਾਮ ਪਾਇਆ, ਬਿਨ ਸਤਿਗੁਰ ਕੋਈ ਨਾ ਪਾਵਣਿਆ। ਮਾਝ ਮਹੱਲਾ ਤੀਜਾ, ਸੰਸਾਰ ਦੀ ਬਣਤਰ ਦਾ ਉਪਦੇਸ਼, ਖਾਣੀਆਂ, ਖਾਣੀ ਜਿਹਨੂੰ ਕਹਿੰਦੇ ਆ, ਅੰਡਜ ਜੇਰਜ ਸੇਤਜ ਉਤੁਜ, ਚਾਰ ਤਰ੍ਹਾਂ ਦੇ ਨਾਲ ਜੀ ਪੈਦਾ ਹੁੰਦੇ ਆ, ਕਿਰਮ ਦੇ ਵਿੱਚੋਂ ਹੋ ਗਿਆ, ਪਸੀਨੇ ਵਿੱਚੋਂ ਹੋ ਗਿਆ, ਅੰਡੇ ਵਿੱਚੋਂ ਹੋ ਗਿਆ, ਉਧਰ ਵਿੱਚੋਂ ਹੋ ਗਿਆ, ਧਰਤੀ ਦੇ ਵਿੱਚੋਂ ਜਿਹੜੇ ਪੈਦਾ ਹੋ ਜਾਂਦੇ, ਇਹ ਸਾਰੇ ਨੇ। ਬਾਣੀਆਂ ਚਾਰ ਹੋ ਗਈਆਂ, ਜਿਹਨੂੰ ਪਰਾ, ਬਸੰਤੀ, ਮਧਮਾ ਤੇ ਬੈਖਰੀ, ਇਸੀ ਤਰ੍ਹਾਂ ਪਰਮਾਤਮਾ ਦੀ ਇਹ ਚਾਰ ਖਾਣੀਆਂ ਦੇ ਤੇ ਚਾਰ ਬਾਣੀਆਂ ਦੇ। ਗੁਰੂ ਸਾਹਿਬ ਕਹਿੰਦੇ ਤੇਰੀਆਂ ਖਾਣੀ ਤੇਰੀਆਂ ਬਾਣੀ ਵਿਨ ਨਾਵੈ ਸਭ ਭਰਮ ਭੁਲਾਣੀ, ਪਰ ਇਹ ਸਭ ਕੁਛ ਹੁਕਮ ਦੇ ਵਿੱਚ, ਨਾਮ ਇੱਥੇ ਹੁਕਮ ਹੈ, ਜਿਹੜਾ ਹੁਕਮ ਨੂੰ ਸਮਝ ਲੈਂਦਾ ਉਹ ਸਮਝ ਜਾਂਦਾ ਭਾਈ ਕਿ ਇਵੇਂ ਹੀ ਸਾਰਾ ਕੁਝ ਧਰਤੀ ਦੀ ਬਣਤਰ ਦਾ ਸੱਚ ਹੈ। ਜੇ ਸਤਿਗੁਰ ਨੇ ਸਾਨੂੰ ਗਰਭ ਤੋਂ ਪੈਦਾ ਕੀਤਾ, ਉਹ ਵੀ ਮਨੁੱਖਾ ਦੇ ਹੀ ਦੇ ਕੇ, ਤੇ ਇੱਥੇ ਲਿਵ ਛੁੜਕੀ ਲੱਗੀ, ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਮਾਇਆ ਦਾ ਹੁਕਮ ਵਾਪਰਿਆ, ਪਰ ਇਹ ਨਾ ਹੋਏ ਕਿ ਜੇ ਆਪਾਂ ਹੁਣ ਵਿਸਰ ਗਏ ਪਰਮਾਤਮਾ ਨੂੰ ਇਸ ਧਰਤੀ ਤੇ ਆ ਕੇ, ਜੇ ਵਿਸਰ ਗਏ ਤੇ ਗੁਰੂ ਸਾਹਿਬ ਕਹਿੰਦੇ ਉਹ ਭਰਮ ਦੇ ਵਿੱਚ ਭੁੱਲ ਗਿਆ, ਗੁਰ ਸੇਵਾ ਤੇ ਹਰ ਨਾਮ ਪਾਇਆ ਬਿਨ ਸਤਿਗੁਰ ਕੋਈ ਨਾ ਪਾਵਣਿਆ। ਜੇ ਹੁਣ ਵਿਸਰ ਵੀ ਗਏ ਹਾਂ ਇਸ ਧਰਤੀ ਤੇ ਆ ਕੇ, ਗੁਰੂ ਸਾਹਿਬ ਕਹਿੰਦੇ ਸੌਖਾ ਜਿਹਾ ਕੰਮ ਇਹ ਕਰ ਲਓ, ਗੁਰੂ ਦੀ ਸੇਵਾ ਵੱਲ ਲੱਗ ਗਈ ਆ, ਗੁਰ ਸੇਵਾ ਤੇ ਹਰ ਨਾਮ ਪਾਇਆ, ਜਿਹੜਾ ਨਾਮ ਸਾਡਾ ਆਪਣਾ ਸੀ, ਜਿਹਦੇ ਨਾਲ ਆਪਾਂ ਜੁੜੇ ਹੋਏ ਸੀ, ਜਿਹਦੀ ਟੇਕ ਲਈ ਹੋਈ ਸੀ, ਉਸੀ ਨਾਮ ਦੀ ਦੁਬਾਰਾ ਪ੍ਰਾਪਤੀ ਗੁਰੂ ਸੇਵਾ ਤੋਂ ਮਿਲਣੀ ਹੈ, ਤੇ ਸਤਿਗੁਰ ਤੋਂ ਬਿਨਾਂ ਹੋਰ ਕੋਈ ਨਹੀਂ ਦੇ ਸਕਦਾ ਜੀ। ਹੋ ਵਾਰੀ ਜੀਓ ਵਾਰੀ ਹਰ ਸੇਤੀ ਚਿੱਤ ਲਾਵਣਿਆ, ਹਰ ਸੱਚਾ ਗੁਰ ਭਗਤੀ ਪਾਈਐ ਸਹਿਜੇ ਮਨ ਵਸਾਵਣਿਆ ਰਹਾਉ। ਕਿਉਂਕਿ ਇਹ ਗੁਰੂ ਅਮਰਦਾਸ ਜੀ ਦੀ ਬਾਣੀ ਹੈ, ਆਨੰਦ ਬਾਣੀ ਚ ਗੁਰੂ ਸਾਹਿਬ ਜੀ ਨੇ ਸਪਸ਼ਟ ਕਰਤਾ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ, ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ, ਖੇਲ ਰਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਤੇ ਮਾਇਆ ਜਿੱਤ ਹਰ ਵੀ ਸਿਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਗੁਰੂ ਸਾਹਿਬ ਕਹਿੰਦੇ ਹੁਣ ਜੇ ਭਾਉ ਦੂਜਾ ਲੱਗ ਵੀ ਗਿਆ ਨਾ, ਕੋਈ ਨਹੀਂ, ਕੋਈ ਗੱਲ ਨਹੀਂ, ਇਹ ਮਨੁੱਖੀ ਸੰਸਾਰ ਦਾ ਸੱਚ ਹੈ, ਭਾਉ ਦੂਜਾ ਲੱਗਣਾ ਹੀ ਹੈ। ਹੁਣ ਕਰੋ ਕੀ, ਪਹਿਲਾਂ ਤੇ ਉਹਨਾਂ ਤੋਂ ਬਲਹਾਰ ਜਾਓ ਜਿਹੜੇ ਮੋਹ ਦੂਜੇ ਨਾਲ ਟੁੱਟ ਕੇ ਪ੍ਰਭੂ ਦੇ ਨਾਲ ਚਿੱਤ ਲਾ ਚੁੱਕੇ ਨੇ। ਹੋ ਵਾਰੀ ਜਿਉਂ ਵਾਰੀ ਹਰ ਸੇਤੀ ਚਿੱਤ ਲਾਵਣੇ, ਜਿਨ੍ਹਾਂ ਨੇ ਚਿੱਤ ਲਾ ਲਿਆ ਦੁਬਾਰਾ ਟੁੱਟ ਕੇ ਫਿਰ ਲਾ ਲਿਆ ਚਿੱਤ, ਉਹਨਾਂ ਤੋਂ ਬਲਹਾਰ ਜਾਓ, ਹਰ ਸੱਚਾ ਗੁਰ ਭਗਤੀ ਪਾਈਐ ਸਹਿਜੇ ਮਨ ਵਸਾਵਣਿਆ। ਇਸੀ ਤਰ੍ਹਾਂ ਸਹਿਜ ਰੂਪ ਚ ਜਿਵੇਂ ਬਾਲਕ ਉਹ ਔਲਾਦ ਬੱਚਾ ਮਾਤਾ ਦੇ ਉਧਰ ਚ ਜੁੜੀ ਹੋਈ ਸੀ ਪ੍ਰਭੂ ਦੇ ਨਾਲ ਸਹਿਜੇ ਰੂਪ ਚ, ਕਹਿੰਦੇ ਇਸੀ ਤਰ੍ਹਾਂ ਹਰੀ ਸੱਚੇ ਦੀ ਭਗਤੀ ਦੇ ਵਿੱਚ ਦੁਬਾਰਾ ਤੋਂ ਜੁੜੀਏ, ਫਿਰ ਗੁਰੂ ਸਾਹਿਬ ਆਪ ਹੀ ਸਹਿਜ ਦੇ ਵਿੱਚ ਪ੍ਰਭੂ ਦਾ ਨਾਮ ਮਨ ਦੇ ਵਿੱਚ ਵਸਾਏਗਾ ਜੀ। ਰਹਾ ਸਤਿਗੁਰ ਸੇਵੇ ਤਾਂ ਸਭ ਕਿਛ ਪਾਏ, ਜੇ ਹੀ ਮਨਸਾ ਕਰ ਲਾਗੈ ਤੇ ਹਾ ਫਲ ਪਾਏ, ਸਤਿਗੁਰ ਦਾਤਾ ਸਭਨਾ ਵਤੂ ਕਾ,
ਪੂਰੇ ਪਾਗ ਮਿਲਾਵਣ ਆ। ਸਤਿਗੁਰ ਸੇਵੇ ਤਾਂ ਸਭ ਕੁਛ ਪਾਏ, ਗੁਰੂ ਨੂੰ ਸੇਵੀਏ, ਉਹਨੂੰ ਚੇਤਾ ਕਰੀਏ ਤੇ ਸਾਰੀ ਬਰਕਤਾਂ, ਸਾਰੇ ਖਜ਼ਾਨੇ, ਸਾਰੀ ਦਾਤਾਂ ਮਿਲਦੀਆਂ ਨੇ। ਹਰ ਸੱਚਾ ਗੁਰਭਗਤੀ ਪਾਈ ਹੈ। ਵਾਹਿਗੁਰੂ। ਜੇ ਹੀ ਮਨਸਾ ਕਰ ਲਾਗੈ, ਜਿਹੋ ਜੀ ਕੋਈ ਮਨ ਦੇ ਅੰਦਰ ਆਪਣੀ ਆਸ ਲੈ ਕੇ ਗੁਰੂ ਕੋਲ ਆਏਗਾ ਨਾ, ਤੇਹਾ ਫਲ ਪਾਵੇ, ਉਹਨੂੰ ਉਹੋ ਜਿਹੀ ਆਸ ਮਿਲ ਜਾਏਗੀ। ਗੁਰੂ ਕਹਿੰਦੇ ਗੁਰੂ ਬਹੁਤ ਸਮਰੱਥ ਹੈ, ਜੋ ਆਸ ਲੈ ਕੇ ਆਓ, ਜੋ ਜਿੰਨਾ ਕੁ ਹੈ ਗੁਰੂ ਸਾਹਿਬ ਉਹਨੂੰ ਉਹਦੀ ਆਸ ਦੇ ਮੁਤਾਬਕ ਵੀ ਦੇ ਦੇਗਾ। ਪਰ ਗੁਰੂ ਸਾਹਿਬ ਕਹਿੰਦੇ ਸਤਿਗੁਰ ਦਾਤਾ ਸਭਨਾ ਬੱਥੂ। ਇੱਕ ਗੱਲ ਹੋਰ ਵੀ ਚੇਤੇ ਰੱਖਿਓ, ਇਹ ਤੇ ਬੜੀਆਂ ਛੋਟੀਆਂ ਛੋਟੀਆਂ ਨਿੱਕੀਆਂ ਮਾੜੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਗੁਰੂ ਪਾਸੋਂ ਮੰਗਦੇ ਹਾਂ। ਜਿਹੜਾ ਉਹ ਦਾਤਾ ਹੈ ਸਤਿਗੁਰ, ਕਹਿੰਦੇ ਉਹ ਸਾਰੀਆਂ ਵਸਤਾਂ ਦਾ ਮਾਲਕ ਹੈ। ਸਭਨਾ ਵੱਥੂ, ਵੱਥੂ ਵਸਤੂ ਲਫ਼ਜ਼ ਤੋਂ ਸੰਸਕ੍ਰਿਤ ਦੇ, ਕਹਿੰਦੇ ਉਹ ਸਾਰੀਆਂ ਵਸਤੂਆਂ ਦਾ ਮਾਲਕ ਹੈ। ਸਭਨਾ ਵੱਥੂ ਕਾ, ਆਪਾਂ ਉਸ ਪਾਸੇ ਵੀ ਤੁਰੀਏ ਕਿ ਗੁਰੂ ਸਭ ਕੁਛ ਦੇ ਸਕਦਾ, ਗੁਰੂ ਬਾਦਸ਼ਾਹੀਆਂ ਤੱਕ ਦੇ ਸਕਦਾ, ਸਾਰੇ ਖਜ਼ਾਨੇ ਖੋਲ ਸਕਦਾ, ਨਾਮ ਦੀ ਬਰਕਤ ਦੇ ਸਕਦਾ, ਖਾਲਸਾ ਖੁਦ ਖੁਦਾ ਤੱਕ ਬਣਾ ਸਕਦਾ, ਆਪਣੇ ਵਰਗੀ ਬਖਸ਼ਿਸ਼ ਤੱਕ ਕਰ ਸਕਦਾ, ਇੰਨਾ ਸਮਰੱਥ ਹੈ ਗੁਰੂ। ਪਰ ਇਹ ਵਾਲੀ ਬਖਸ਼ਿਸ਼ ਕਿਹਨੂੰ ਮਿਲਦੀ ਹੈ, ਜਿਹਨੂੰ ਇਹ ਸਮਝ ਆਉਂਦਾ ਹੈ ਕਿ ਸਤਿਗੁਰ ਦਾਤਾ ਸਭਨਾ ਵੱਤੂਗਾ। ਕਹਿੰਦੇ ਇਹ ਵਾਲੀ ਬਖਸ਼ਿਸ਼ ਮਿਲਦੀ ਹੈ, ਪੂਰਾ ਭਾਗ, ਜਿਹਦੇ ਪੂਰੇ ਭਾਗ ਹੁੰਦੇ ਉਹਨੂੰ ਹੀ ਇਹ ਦਾਤ ਮਿਲਦੀ ਹੈ ਜੀ। ਇਹ ਮਨ ਮੈਲਾ ਇੱਕ ਨਾਮ ਇੱਕ ਨਾਤ ਆਏ, ਅੰਤਰ ਮੈਲ ਲਾਗੀ ਬਹੁ ਦੂਜੈ ਪਾਏ, ਤਟ ਤੀਰਥ ਦਿਸੰਤਰ ਭਵੈ ਅਹੰਕਾਰੀ, ਹੋਰ ਵਧੇਰੈ ਹਉ ਮੈਂ ਮਲ ਲਾਵਣਿਆ। ਮਨ ਦੀ ਇਹ ਦਸ਼ਾ ਹੈ, ਇਹ ਮੈਲਾ ਇੰਨਾ ਹੈ ਕਿ ਪ੍ਰਭੂ ਨੂੰ ਨਹੀਂ ਪਿਆਉਂਦਾ। ਭਾਵ ਕਿ ਪ੍ਰਭੂ ਸਾਰੀ ਦਾਸ ਦਾਤਾਂ ਦਾ, ਸਾਰੀ ਵਸਤੂਆਂ ਦਾ ਮਾਲਕ ਹੈ। ਬੰਦੇ ਨੂੰ ਹੋਰ 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 ਚਾਹੀਦਾ, ਉਹ ਦਾਤ ਨਹੀਂ ਚਾਹੀਦੀ। ਦਾਤ ਪਿਆਰੀ ਵਿਸਰਿਆ ਦਾਤ ਆ, ਅੰਤਰ ਮੈਲ ਲਾਗੀ ਬਹੁਤ ਦੂਜਾ ਪਾਏ, ਦੂਜਾ ਚਾਹੀਦਾ, ਹੋਰ ਚਾਹੀਦਾ, ਕਰਤੇ ਕੋ ਸਭ ਕੁਛ। ਜਿਹੜਾ ਕਰਤਾ ਮਿਲ ਗਿਆ ਉਹਨੂੰ ਤ੍ਰਿਣ ਕਰਕੇ ਮੰਨ, ਕੀਤੇ ਕੋ ਮੇਰਾ ਸਮਾਨ ਹੈ, ਕਰਨ ਹਾਰ ਤ੍ਰਿਣ ਜਾਣੈ। ਹੁਣ ਕਰਨ ਵਾਲਾ ਜਿਹੜਾ ਦੇਣ ਵਾਲਾ ਸੀ ਉਹ ਤੇ ਵਿਸਰ ਗਿਆ। ਪਰ ਯਾਦ ਰੱਖਿਓ, ਗੁਰੂ ਦੇ ਅੰਦਰ ਰੰਚਕ ਮਾਤਰ ਵੀ ਤਮਾ ਨਹੀਂ ਹੈ। ਸੁਣ ਵੱਡਾ ਆਖੈ ਸਭ ਹੋਏ, ਕੇਵਟ ਵੱਡਾ ਬੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਵੱਡੇ ਮੇਰੇ ਸਾਹਿਬਾ, ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਚੇਤਾ, ਕੇਵਟ ਚੀਰਾ ਕਿਸੇ ਨੂੰ ਨਹੀਂ ਪਤਾ ਕਿੰਨੀਆਂ ਕੁ ਦਾਤਾਂ ਦਾ ਤੂੰ ਮਾਲਕ ਹੈ। ਕੋਈ ਨਾ ਜਾਣੈ, ਕੋਈ ਜਾਣਦਾ ਵੀ ਨਹੀਂ, ਜਾਣ ਵੀ ਨਹੀਂ ਸਕਦਾ। ਕਿਉਂ? ਕਿਉਂਕਿ ਅਸੀਂ ਹਜੇ ਮਾਇਆ ਦੀ ਦੂਜੇ ਭਾਉ ਦੇ ਵਿੱਚ ਲੱਗੀਆਂ ਹਾਂ, ਲੱਗੇ ਹੋਏ ਹਾਂ। ਜਿੰਨਾ ਤੈਨੂੰ ਸਲਾਵਾਂਗੇ ਅਸੀਂ ਸੋਚਦੇ ਹਾਂ ਕਿ ਤੇਰੀ ਉਪਮਾ ਹੋਏਗੀ, ਪਰ ਗੁਰੂ ਨੂੰ ਕੋਈ ਤਮਾ ਨਹੀਂ ਹੈ ਆਪਣੀ ਉਪਮਾ ਲੈਣ ਦਾ, ਕੋਈ ਵੀ ਤਮਾ ਨਹੀਂ ਹੈ। ਰੰਚਕ ਮਾਤਰ ਵੱਡਾ ਦਾਤਾ, ਤਿਲ ਨਾ ਤਮਾਏ, ਤਿਲ ਦਾ ਦਾਣਾ ਹੁੰਦਾ ਨਾ, ਤਿਲ ਦੇ ਦਾਣੇ ਜਿੰਨੀ ਤਮਾ, ਕਹਿੰਦੇ ਲਾਲਚ। ਉਹਨੂੰ ਇਹ ਵੀ ਲਾਲਚ ਨਹੀਂ ਹੈ ਕਿ ਭਾਈ ਤੁਸੀਂ ਮੈਨੂੰ ਕੁਛ ਦੇ ਕੇ ਜਾਓ, ਉਹਨੂੰ ਇਹ ਵੀ ਲਾਲਚ ਨਹੀਂ ਹੈ ਕਿ ਇਹ ਮੇਰੀ ਉਸਤਤ ਕਰੋ। ਵੱਡਾ ਦਾਤਾ ਤਿਲ ਨਾ ਤਮਾਏ। ਹਾਂ, ਜੇ ਵੱਡੇ ਦਾਤੇ ਪਾਸੋਂ ਕੁਝ ਮੰਗੀ ਹੈ ਤੇ ਗੁਰੂ ਦਿੰਦਾ ਹੈ, ਫਿਰ ਉਹਨੂੰ ਲੈਣ ਦੀ ਕੋਈ ਤਮਾ ਕੋਈ ਲਾਲਚ ਨਹੀਂ ਹੈ। ਇਹ ਗੁਰੂ ਦਾ ਸੁਭਾਅ ਹੈ, ਇਹ ਗੁਰੂ ਦੀ ਬਖਸ਼ਿਸ਼ ਹੈ। ਗੁਰੂ ਸਾਹਿਬ ਕਹਿੰਦੇ ਕਿ ਇਹ ਬਖਸ਼ਿਸ਼ ਕਰਕੇ ਤਟ ਤੀਰਥ ਦਿਸੰਤਰ ਭਵੈ ਅਹੰਕਾਰੀ, ਹੋਰ ਵਧੇਰਿਆ ਹੋ ਮੈਂ ਮਲ ਲਾਵਣਿਆ। ਬੰਦਾ ਕੀ ਕਰਦਾ? ਬੰਦਾ ਹੋਰ ਕਰਮ ਕਾਂਡਾਂ ਦੇ ਵਿੱਚ ਫਸਿਆ ਹੋਇਆ, ਤਟ ਤੀਰਥ ਚਲਾ ਜਾਏਗਾ, ਦਿਸੰਤਰ ਕਹਿੰਦੇ ਦੇਸ਼ਾਂ ਦੇ ਵਿੱਚ ਭਵਣਾ ਸ਼ੁਰੂ ਕਰ ਦੇਗਾ। ਭਵੈ ਅਹੰਕਾਰੀ, ਅਹੰਕਾਰ ਇਕੱਠਾ ਅਹੰਕਾਰੀ ਕਰੇਗਾ। ਕਹਿੰਦੇ ਕਿ ਨਾਵਣ ਚੱਲੇ ਤੀਰਥੀ ਮਨ ਕੋ ਤੇ ਤਨ ਚੋਰ, ਇੱਕ ਭਉ ਲੱਥੀ ਨਾਤਿਆਂ। ਕਹਿੰਦੇ ਇੱਕ ਤੇ ਤਨ ਦੀ ਮੈਂ ਲੱਥ ਗਈ ਨਹਾਉਣ ਤੋਂ ਬਾਅਦ, ਦੋ ਇਹ ਭਾ ਚੜੀਏ ਸੋਰ, ਜਿਹੜੀ ਹੋਮੈ ਦੀ ਉੱਤੇ ਚੜਾ ਲਈ, ਕਹਿੰਦੇ ਉਹਦਾ ਕੀ ਕਰਾਂਗੇ? ਗੁਰੂ ਸਾਹਿਬ ਕਹਿੰਦੇ ਇਹ ਕੱਲੀ ਕੱਲੀ ਹੋਮੈ ਦੀ ਮਲ ਹੈ ਨਾ ਜਿਹੜੀ, ਕਹਿੰਦੇ ਇਹ ਕਦੀ ਵੀ ਨਹੀਂ ਲੱਥਦੀ ਜੀ। ਗੁਰ ਸੇਵੇ ਤਾਂ ਮਲ ਜਾਏ, ਜੀਵਤ ਮਰੇ ਹਰ ਸਿਉ ਚਿਤ ਲਾਏ, ਹਰ ਨਿਰਮਲ ਸੱਚ ਮੈਲ ਨਾ ਲਾਗੈ, ਸੱਚ ਲਾਗੈ ਮੈਲ ਗਵਾਵਣਿਆ। ਕਰੀਏ ਕੀ ਫਿਰ? ਗੁਰੂ ਅਮਰਦਾਸ ਜੀ ਕਹਿੰਦੇ ਸਤਿਗੁਰ ਨੂੰ ਸੇਵੋ, ਸਿਮਰਨ ਕਰੀਏ, ਚੇਤਾ ਕਰੀਏ, ਹਰ ਹਰ ਧਿਆਈਏ, ਗੁਰੂ ਗੁਰੂ ਧਿਆਈਏ, ਤਾਂ ਇਹ ਮਨ ਦੀ ਮੈਲ ਜਾਂਦੇ ਜਾਂਦੇ ਜਾਏਗੀ, ਇਹ ਰੰਗ ਲਾਗਤ 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 ਹੋਇਆ ਲੱਗੇਗਾ।
ਇਸ ਮਨ ਦੀ ਮੈਲ ਘਟੇਗੀ, ਜੀਵਤ ਮਰੈ ਹਰ ਸਿਉਂ ਚਿਤ ਲਾਏ, ਜੀਵਨ ਮਰਨੇ ਦੀ ਦਾਤ ਮਿਲੇਗੀ। ਭਾਵ ਕਿ ਮਨ ਦੀ ਮਾੜੀ ਮਨਸਾ ਵਾਲੀ ਬਿਰਤੀ, ਮਾਮਾ ਮਨ ਸਿਉ ਕਾਜ ਹੈ ਮਨ ਸਾਧੈ ਸਿੱਧ ਹੋਏ, ਇਹ ਵਾਲੀ ਜਿਹੜੀ ਬਿਰਤੀ ਹੈ ਨਾ ਮਨਸਾ ਵਾਲੀ, ਇਹ ਮਰ ਜਾਏਗੀ। ਗੁਰੂ ਸਾਹਿਬ ਬਹੁਤ ਬਖਸ਼ਿਸ਼ ਕਰਦੇ, ਹਰ ਨਿਰਮਲ ਸੱਚ ਮੈਲ ਨਾ ਲੱਗੈ, ਫਿਰ ਕੋਈ ਨਹੀਂ ਮੈਲ ਚੜਾ ਸਕਦਾ, ਨਾ ਕੋਈ ਰੰਚਕ ਮਾਤਰ ਹੋਮੈ ਦੀ ਮੈਲ, ਨਾ ਤਮੇ ਦੀ ਮੈਲ, ਨਾ ਨਿੰਦਾ ਦੀ ਮੈਲ, ਨਾ ਚੁਗਲੀ, ਨਾ ਦੁਆਇਸ਼। ਕਹਿੰਦੇ ਬਿਲਕੁਲ ਨਿਰਮਲ ਹੋ ਜਾਏਗਾ, ਸੱਚ ਲੱਗੈ ਮੈਲ ਗਵਾਵੜਿਆਂ ਸਾਰੀ ਮੈਲ ਚਲੀ ਜਾਏਗੀ ਜੀ। ਬਾਝ ਗੁਰੂ ਹੈ ਅੰਧ ਗੁਬਾਰਾ, ਅਗਿਆਨੀ ਅੰਧਾ ਅੰਧ ਅੰਧਾਰਾ, ਬਿਸ਼ਟਾਂ ਕੇ ਕੀੜੇ ਬਿਸ਼ਟਾਂ ਕਮਾਵੇ ਹੈ, ਫਿਰ ਬਿਸ਼ਟਾ ਮਾਹੇ ਪਚਾਵਣਿਆ। ਇਹ ਤੁਕਾਂ ਨਾਲ ਲੈ ਕੇ ਚੱਲਿਓ ਕਿ ਸਤਿਗੁਰ ਦਾਤਾ ਸਾਰੀਆਂ ਵਸਤੂਆਂ ਦਾ ਮਾਲਕ ਹੈ, ਤਾਂ ਇਹ ਸਾਰੇ ਸ਼ਬਦ ਦੀ ਆਵਾਜ਼ ਵਿਚਾਰ ਸਮਝ ਆਏਗੀ। ਗੁਰੂ ਸਾਹਿਬ ਕਹਿੰਦੇ ਜਿਹੜੇ ਸਾਡੇ ਵਰਗੇ ਜੀ ਮਾਇਆ ਦੀ ਬਿਰਤੀ ਦੇ ਵਿੱਚ ਗਲਤਾਨ ਨੇ, ਗਫਲਤ ਨੇ, ਕਹਿੰਦੇ ਉਹਨਾਂ ਨੂੰ ਨਾਮ ਦੀ ਨਹੀਂ ਪਤਾ ਲੱਗੇਗੀ ਚੇਤਾ, ਜਾਂ ਨਾਮ ਦੀ ਸਿਮਰਤੀ ਪੈਦਾ ਨਹੀਂ ਹੋਏਗੀ, ਕਿਉਂਕਿ ਉਹਦੇ ਵਿੱਚ ਇਹ ਮਾਇਆ ਦਾ ਪਸਾਰਾ ਬੜਾ ਮਿੱਠਾ ਲੱਗਿਆ, ਇਹ ਠਗੌਲੀ ਹੈ, ਇਹ ਨਕਟੀ ਕੁੱਠਨ ਗਨ ਵਾਡਾ ਡੇ, ਕਹਿੰਦੇ ਇਹ ਬੜੀ ਚੰਗੀ ਲੱਗਦੀ ਹੈ। ਹੁਣ ਹੁੰਦਾ ਕੀ ਹੈ, ਬਾਜ ਗੁਰੂ ਹੈ ਅੰਧ ਗੁਬਾਰਾ, ਗੁਬਾਰਾ ਕਹਿੰਦੇ ਹਨੇਰਾ, ਹੁਣ ਮਾਇਆ ਹਨੇਰਾ ਹੀ ਹੈ, ਇਸ ਹਨੇਰੇ ਦੇ ਵਿੱਚ ਚੇਤਾ ਨਹੀਂ ਪ੍ਰਭੂ ਦੇ ਨਾਮ ਦਾ। ਅਗਿਆਨੀ ਅੰਧਾ ਅੰਧ ਅੰਧਾਰਾ, ਗੁਰੂ ਦੇ ਗਿਆਨ ਤੋਂ ਬਿਨਾਂ ਇਸ ਹਨੇਰੇ ਗੁੱਪ ਹਨੇਰੇ ਦੇ ਵਿੱਚ, ਹਨੇਰੇ ਦੇ ਵਿੱਚ ਹਨੇਰਾ, ਕਹਿੰਦੇ ਇੰਨੇ ਡਾਢੇ ਹਨੇਰੇ ਦੇ ਵਿੱਚ ਬੰਦਾ ਫਸ ਜਾਂਦਾ। ਹੁੰਦਾ ਕੀ ਹੈ, ਜਿਸ ਤਰ੍ਹਾਂ ਇੱਕ ਮਨੁੱਖ ਆਪਣੇ ਚਾਰ ਪਾਸੇ ਦਿਸਦੇ ਪਸਾਰੇ ਆਪਣੇ ਬਣਾਉਂਦਾ ਹੈ ਨਾ, ਮਾਇਆ ਦੇ, ਪਰਿਵਾਰ ਦੇ, ਜੀਵ ਦੇ, ਜੰਤ ਦੇ, ਵਸਤੂਆਂ ਦੇ, ਬੜੇ ਚੰਗੇ ਲੱਗਦੇ ਆ, ਬਸ ਉਸ ਤੋਂ ਬਾਹਰ ਦਾ ਕੋਈ ਸੰਸਾਰ ਨਹੀਂ, ਉਸ ਤੋਂ ਗਾਹ ਕੁਛ ਵੀ ਨਹੀਂ ਹੈ, ਬਸ ਇਹ ਰੱਬ ਹੀ ਆ, ਬਸ ਇਹ ਹੀ ਸਭ ਕੁਛ ਹੈ। ਗੁਰੂ ਸਾਹਿਬ ਕਹਿੰਦੇ ਨਾ 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 ਭਲਿਓ, ਸਤਿਗੁਰ ਦਾਤਾ ਸਭਨਾ ਵਰਤੂਗਾ, ਉਹ ਤੇ ਬੜਾ ਵੱਡਾ ਹੈ, ਜੇ ਉਹਨੂੰ ਧਿਆਈਏ ਤੇ ਬਹੁਤ ਕੁਛ ਹੋਰ ਮਿਲ ਸਕਦਾ, ਬੜੀਆਂ ਵੱਡੀਆਂ ਨਾ ਉਹਨੇ ਤੇ ਨਿਧਾਨ ਮਿਲ ਸਕਦੇ, ਪਰ ਬੰਦਾ ਕਿਹੋ ਜਿਹਾ ਰਹਿ ਜਾਂਦਾ, ਬਿਸ਼ਤਾ ਕੇ ਕੀੜੇ ਬਿਸ਼ਤਾ ਕਮਾਵ ਹੈ, ਫਿਰ ਬਿਸ਼ਤਾ ਮਾਹੀ ਬਚਾਵਣਿਆ। ਕੀੜਿਆਂ ਦੇ ਅੰਦਰ ਦੇ ਕੀੜੇ, ਮੈਲ ਦੇ ਅੰਦਰ ਦੇ ਕੀੜੇ, ਜਿਹੜਾ ਕੀੜਾ ਮੈਲ ਦੇ ਅੰਦਰ ਹੁੰਦਾ ਨਾ, ਉਹਨੂੰ ਮੈਲ ਹੀ ਆਪਣਾ ਸੰਸਾਰ ਲੱਗਦਾ। ਗੁਰੂ ਸਾਹਿਬ ਜੀ ਬੜੀ ਬਿਖ ਲਿਖਿਆ, ਮੈਨੂੰ ਕਿਵਾਂ ਬਖਸ਼ੋ, ਗੁਰੂ ਸਾਹਿਬ ਜੀ ਦਾ ਇਹ ਫਰਮਾਨ, ਇਹ ਵਿਚਾਰ ਕਰਨੀ ਪਏਗੀ। ਜਿਸ ਤਰ੍ਹਾਂ ਮੈਲ ਦੇ ਅੰਦਰ ਕੀੜਾ ਹੁੰਦਾ, ਕੀੜੇ ਨੂੰ ਮੈਲ ਹੀ ਚੰਗੀ ਲੱਗਦੀ ਹੈ, ਬਿਸ਼ਟਾ ਕੇ ਕੀੜੇ ਬਿਸ਼ਟਾ ਕਮਾਵੇ, ਉਹਦੇ ਵਿੱਚ ਹੀ ਆਪਣੀ ਜ਼ਿੰਦਗੀ ਕਮਾਉਂਦਾ, ਫਿਰ ਬਿਸ਼ਟਾ ਮਾਹੇ ਪਚਾਵਣਿਆ, ਉਸ ਬਿਸ਼ਟਾ ਨੂੰ ਹੀ ਸਾਰਾ ਕੁਝ ਜਾਣ ਕੇ ਉਹਦੇ ਵਿੱਚ ਹੀ ਖੱਪ ਕੇ ਮਰ ਜਾਂਦਾ ਹੈ ਜੀ। ਮੁਕਤੇ ਸੇਵੇ ਮੁਕਤਾ ਹੋਵੇ, ਹਉ ਮੈਂ ਮਮਤਾ ਸ਼ਬਦੇ ਖੋਵੇ, ਅਨ ਦਿਨ ਹਰ ਜੀਉ ਸੱਚਾ ਸੇਵੀ, ਪੂਰੇ ਭਾਗ ਗੁਰ ਪਾਵਣਿਆ। ਜਿਹੜਾ ਮੁਕਤੀ ਦੇ ਦਾਤੇ ਪ੍ਰਭੂ ਨੂੰ ਸੇਵਦਾ ਹੈ, ਧਿਆਉਂਦਾ ਹੈ, ਉਹੀ ਮੁਕਤੀ ਵਾਲੇ ਪਾਸੇ ਤੁਰੇਗਾ। ਹਉ ਮੈਂ ਮਮਤਾ ਸ਼ਬਦੇ ਖੋਵੇ, ਸ਼ਬਦ ਤੋਂ ਬਿਨਾਂ ਇਹ ਹਉ ਮੈਂ ਤੇ ਇਹ ਹਨੇਰਾ ਮਾਇਆ ਦਾ ਤੇ ਮੋਹ ਦਾ ਨਹੀਂ ਮਿਟ ਸਕਦਾ। ਅਨ ਦਿਨ ਹਰ ਜੀਉ ਸੱਚਾ ਸੇਵੀ, ਗੁਰੂ ਅਮਰਦਾਸ ਜੀ ਦੀ ਇਹ ਬਾਣੀ ਦੀ ਵਡਿਆਈ ਹੈ, ਮੈਂ ਬੇਨਤੀ ਕਰ ਚੁੱਕਾ, ਅਨ ਦਿਨ ਚੇਤੇ ਰੱਖਿਓ, ਜਿੰਨਾ ਚਿਰ ਤੱਕ ਗੁਰੂ ਅਮਰਦਾਸ ਜੀ ਦੀ ਬਾਣੀ ਦੇ ਸ਼ਬਦ ਨੇ, ਅਨ ਦਿਨ ਨਾਲ ਰਹੇਗਾ, ਦਿਨ ਰਾਤੀ ਚੇਤਾ ਰੱਖਣਾ ਉਸ ਪ੍ਰਭੂ ਦਾ। ਗੁਰੂ ਸਾਹਿਬ ਕਹਿੰਦੇ ਇਹ ਮਾਇਆ ਦੀ ਮੈਲ, ਬਿਸ਼ਟਾ ਵਾਲੀ ਮੈਲ ਇਉਂ ਨਹੀਂ ਰੱਖਣੀ, ਇੱਕ ਖਿੰਚ ਨਹੀਂ ਲੱਥ ਜਾਣੀ, ਇਸ ਮੈਲ ਨੂੰ ਉਤਾਰਨ ਲਈ ਹਰ ਅਨ ਦਿਨ ਹਰ ਜੀਉ ਸੱਚਾ ਸੇਵੀ, ਰਾਤ ਦਿਨ ਪ੍ਰਭੂ ਦੀ ਆਰਾਧਨਾ ਕਰਨੀ ਪਏਗੀ, ਪੂਰਾ ਭਾਗ ਗੁਰਪਾਵਣੇ, ਉਸ ਤੋਂ ਬਾਅਦ ਵੀ ਕੋਈ ਦਾਵਾ ਨਹੀਂ, ਜੇ ਗੁਰੂ ਨੇ ਚੰਗੇ ਭਾਗ ਬਖਸ਼ੇ ਤਾਂ ਗੁਰੂ ਦੀ ਪ੍ਰਾਪਤੀ ਹੋਏਗੀ ਜੀ। ਆਪੇ ਬਖਸ਼ੇ ਮੇਲ ਮਿਲਾਏ, ਪੂਰੇ ਗੁਰ ਤੇ ਨਾਮ ਨਿਧ ਪਾਏ, ਸੱਚੇ ਨਾਮ ਸਦਾ ਮਨ ਸੱਚਾ, ਸੱਚ ਸੇਵੇ ਦੁੱਖ ਗਵਾਵਣਿਆ। ਪ੍ਰਭੂ ਆਪ ਹੀ ਬਖਸ਼ਦਾ ਹੈ, ਤੇ ਜਿੰਨੀ ਵੀ ਮੈਲ ਹੈ ਸਭ ਉਤਾਰ ਕੇ, ਜਿੰਨੇ ਵੀ ਅਵਗੁਣ ਹੈ, ਅਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ, ਦਿਖੈ ਦਿਖਾਏ ਮਾਇਆ ਮੋਹ ਭਰਮ ਪੈ ਭੁੱਲੇ ਸੁਖ ਦਾਰਾ ਸਿਉ। ਇਹਦੀ ਪ੍ਰੀਤ ਦੇ ਵਿੱਚ ਅਸੀਂ ਫਸੇ ਹੋਏ ਹਾਂ, ਪਰ ਗੁਰੂ ਬਖਸ਼ਿਸ਼ ਕਰਦਾ, ਬਖਸ਼ ਕਰਕੇ ਮੇਲ ਲੈਂਦਾ, ਪੂਰੇ ਗੁਰ ਤੇ ਨਾਮ ਨਿਧ ਪਾਏ, ਪਹਿਲਾਂ ਨੌ ਨਿਧੀਆਂ ਦਾ ਖਜ਼ਾਨਾ ਮਿਲਦਾ ਨਾਮ ਦਾ,
ਫਿਰ ਪ੍ਰਤੀਤ ਹੁੰਦੀ ਹੈ ਕਿ ਇਹੀ ਮਾਰਗ ਸਭ ਤੋਂ ਉੱਤਮ ਹੈ। ਫਿਰ ਗੁਰੂ ਬਖਸ਼ਿਸ਼ ਕਰਦਾ, ਗੁਰ ਸ਼ਬਦੀ ਹਰ ਅੰਤਰ ਪਛਾਣ ਹੋ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੈ ਕਿ ਸੱਚੇ ਨਾਮ ਸਦਾ ਮਨ ਸੱਚਾ, ਸੱਚ ਸੇਵੇ ਦੁੱਖ ਗਵਾਵਣਿਆ। ਉਹ ਸੱਚਾ ਨਾਮ ਹੀ ਸਭ ਤੋਂ ਸੱਚਾ ਹੈ। ਨੌ ਨਿਦ ਨਾਮ ਫਿਰਦੇ ਚ ਵਸਿਆ, ਸਾਰੇ ਦੁੱਖ ਦੂਰ ਹੋਵੇ ਜੀ। ਸਦਾ ਹਜੂਰ ਦੂਰ ਨਾ ਜਾਣੋ, ਗੁਰ ਸ਼ਬਦੀ ਹਰ ਅੰਤਰ ਪਛਾਣੋ। ਨਾਨਕ ਨਾਮ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਗੁਰੂ ਅਮਰਦਾਸ ਜੀ ਕਹਿੰਦੇ ਜੇ ਮਾਇਆ ਦੀ ਇਸ ਤਰ੍ਹਾਂ ਦੀ ਹਨੇਰ ਵਾਲੀ ਬੇਤੀ ਚ ਗੁਆਚ ਵੀ ਗਏ ਤਾਂ ਵੀ ਪੂਰੇ ਗੁਰੂ ਨੂੰ ਨੇੜ ਕਰਕੇ ਜਾਣੀਏ। ਜੇ ਦੂਰ ਕਰਕੇ ਜਾਣਾਂਗੇ ਤੇ ਫਿਰ ਦੂਰ ਹੀ ਲੱਗੇਗਾ ਸਾਨੂੰ। ਜੇ ਸੋਚਾਂਗੇ, ਇਹ ਵਿਚਾਰਾਂਗੇ, ਇਹ ਚਿੰਤਨ ਕਰਾਂਗੇ ਕਿ ਪ੍ਰਭੂ ਸਦ ਹਜ਼ੂਰ ਹਾਜ਼ਰ ਹੈ, ਨਾਜ਼ਰ ਕਠਿਨ ਨਾ ਪਇਓ ਦੁਰਾਈ। ਪ੍ਰਭੂ ਦੂਰ ਨਹੀਂ ਹੈ, ਉਹ ਹਮੇਸ਼ਾ ਹਾਜ਼ਰ ਨਾਜ਼ਰ ਹੈ। ਸਦਾ ਹਜ਼ੂਰ ਦੂਰ ਨਾ ਜਾਣੋ, ਗੁਰ ਸ਼ਬਦੀ ਹਰ ਅੰਤਰ ਪਛਾਣ। ਗੁਰੂ ਦੀ ਸ਼ਬਦ ਨਾਲ ਪਹਿਲਾਂ ਆਪੇ ਦੀ ਪਛਾਣ ਕਰੀਏ। ਪ੍ਰਭੂ ਦੀ ਪਛਾਣ ਤੇ ਬਹੁਤ ਲੰਬਾ ਸਫ਼ਰ ਹੈ, ਬੜਾ ਇਹ ਤੇ ਬਿਖਮ ਪਿੰਡ ਹੈ ਪ੍ਰਭੂ ਦੀ। ਪ੍ਰਭੂ ਦੇ ਗੁਣਾਂ ਨੂੰ, ਉਸ ਅਲਖ ਨੂੰ ਲੱਖਣਾ, ਪਹਿਲਾਂ ਆਪੇ ਦੀ ਤੇ ਪਛਾਣ ਕਰੀਏ ਕਿ ਇਹ ਹੈ ਭਾਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾ ਤੇਰਾ ਕਿਤਾ ਨਾ ਕਾਮ ਸਾਧ ਸੰਗਤ ਭੱਜ ਕੇ। ਇਹ ਹੈ ਮਾਨਸ ਜਨਮ ਦੁਲੰਬ ਹੈ, ਕੋਈ ਨਾ ਬਾਰੰਬਾਰ, ਇਹ ਆਪੇ ਦੀ ਪਛਾਣ ਹੈ। ਗੁਰੂ ਸਾਹਿਬ ਕਹਿੰਦੇ ਇਸ ਆਪੇ ਦੀ ਪਛਾਣ ਤੋਂ ਨਾਨਕ ਨਾਮ ਮਿਲੈ ਵਡਿਆਈ, ਆਪਣੀ ਪਛਾਣ ਹੋਏਗੀ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਪੂਰੇ ਗੁਰ ਤੇ ਪਾਵਣਿਆ। ਇਹ ਮੂਲ ਦੀ ਪਛਾਣ ਪੂਰੇ ਗੁਰ ਤੋਂ ਹੋ ਜਾਏਗੀ ਜੀ। ਮਾਝ ਮਹਿਲਾ ਤੀਜਾ, ਐਥੇ ਸਾਚੇ ਸੋ ਆਗੈ ਸਾਚੇ, ਮਨ ਸੱਚਾ ਸੱਚੇ ਸ਼ਬਦ ਰਾਚੇ, ਸੱਚਾ ਸੇਵੈ ਸੱਚ ਕਮਾਵੈ, ਸੱਚੋ ਸੱਚ ਕਮਾਵਣਿਆ। ਮਹੱਲਾ ਤੀਜਾ, ਮਾਝ ਮਹੱਲਾ ਤੀਜਾ, ਗੁਰੂ ਅਮਰਦਾਸ ਜੀ ਕਹਿੰਦੇ ਹੈ ਇਹ ਤੇ ਜ਼ਿੰਦਗੀ ਦਾ ਸੱਚ ਹੈ। ਜੇ ਜ਼ਿੰਦਗੀ ਚ ਹੁਣੇ ਝੂਠ ਹੈ ਤੇ ਅੱਗੇ ਵੀ ਝੂਠ ਹੀ ਹੈ, ਭਾਵ ਕਿ ਅੰਤਮ ਸਮਾਂ ਵਾਲੀ ਗੱਲ ਹੈ। ਜੇ ਹੁਣ ਸੱਚ ਹੈ, ਇੱਥੇ ਸਾਚੇ ਸੋ ਆਗੈ ਸੱਚ, ਉਹ ਸਮਾਂ ਵੀ ਫਿਰ ਸੱਚ ਵਾਲਾ ਹੋਵੇਗਾ ਜੇ ਹੁਣ ਤੋਂ ਹੀ ਸੱਚ ਤੇ ਆਉਣਗੀ। ਤਾਂਹੀਓ ਆਈ ਆਲਵੇਜ ਯੂਜ਼ ਟੂ ਸੇ ਕਿ ਐਜ਼ ਅਰਲੀ ਐਜ਼ ਪੋਸੀਬਲ ਇਨ ਆਰ ਲਾਈਫ ਸਪੈਨ ਟੂ ਅੰਡਰਸਟੈਂਡ ਦ ਰੀਅਲ ਏਮ ਆਫ ਆਰ ਲਾਈਫ, ਜਿਹੜਾ ਆਪਣੇ ਆਪ ਦੀ ਪਛਾਣ ਹੈ। ਉਸ ਪਛਾਣ ਦੇ ਨਾਲ ਇਕੱਲਾ ਮਨ ਬੰਦਗੀ ਵਿੱਚ ਟਿਕਾਉਣ ਵਾਸਤੇ ਗੁਰੂ ਸਾਹਿਬ ਨਹੀਂ ਕਹਿੰਦੇ। ਗੁਰੂ ਸਾਹਿਬ ਇਹ ਕਹਿੰਦੇ ਕਿ ਮਨੁੱਖੀ ਮਨ ਇਹੋ ਜਿਹਾ ਹੈ ਕਿ ਜਿਹੜਾ ਕਾਰਜ ਕਰਨਾ ਮਨ ਉਸ ਕਾਰਜ ਦੇ ਵਿੱਚ ਨਹੀਂ ਟਿਕਦਾ। ਮਨ ਦਾ ਇਹੋ ਜਿਹਾ ਸੁਭਾਅ ਹੈ, ਘਰ ਦੇ ਵਿੱਚ ਕੋਈ ਵੀ ਕਾਰਜ ਕਰਨ ਲੱਗਦੇ ਹਾਂ ਨਾ, ਮਨ ਭਜਿਆ ਫਿਰਦਾ ਤੇ ਕਾਰਜ ਦਾ ਵਿਗਾੜ ਹੋ ਜਾਂਦਾ, ਉਹ ਵਿਗੜ ਜਾਂਦਾ ਕਾਰਜ, ਮਨ ਫਿਰ ਕਿੱਥੇ ਲੈ ਜਾਂਦਾ। ਛੋਟੇ ਛੋਟੇ ਕੰਮਾਂ ਦੇ ਵਿੱਚ ਵੀ ਮਨ ਨਹੀਂ ਟਿਕਦਾ। ਇਸ ਕਰਕੇ ਗੁਰੂ ਸਾਹਿਬ ਇਹ ਬੜਾ ਸੁਚੇਤ ਕਰਦੇ ਆ ਕਿ ਛੋਟੇ ਛੋਟੇ ਕੰਮਾਂ ਤੋਂ ਮਨ ਨੂੰ ਟਿਕਾਉਣਾ ਤਾਂ ਇਹ ਬੰਦਗੀ ਦੇ ਸੱਚ ਵਿੱਚੋਂ ਮਿਲਦਾ। ਜੇ ਗੁਰੂ ਕੀ ਸੰਗਤ 'ਚ ਆ ਕੇ ਥੋੜ੍ਹਾ ਸਮਾਂ ਮਨ ਟਿਕਾਈਏ, ਇਹ ਸਿਰਫ ਇਟਸ ਨੋਟ ਅ ਕਾਇੰਡ ਆਫ ਮੈਂਟਲ ਜਿਮਨਾਸਟਿਕਸ। ਇਹਨੂੰ ਇਹ ਨਾ ਸਮਝਿਓ ਕਿ ਆਪਾਂ ਇੱਥੇ ਆ ਕੇ ਕੋਈ ਐਕਸਰਸਾਈਜ਼ ਕਰ ਰਹੇ ਹਾਂ ਬ੍ਰੇਨ ਦੀ ਜਾਂ ਮਾਇੰਡ ਦੀ, ਨਾ 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 ਨਾ, ਇਹ ਵਾਲੇ ਤੁਰਨੇ ਕਦੀ ਨਾ ਮਨ 'ਚ ਆਣ ਦਿਓ ਕਿ ਇੱਥੇ ਆ ਕੇ, ਕਿਉਂਕਿ ਅਕਸਰ ਧਰਮ ਦੇ ਨਾਂ 'ਤੇ ਇਹ ਬਣਾ ਲਿਆ ਗਿਆ। ਮੈਡੀਟੇਸ਼ਨ ਸੈਂਟਰਸ ਖੁੱਲ ਗਏ ਨੇ, ਸਾਈਕੋਲੋਜਿਸਟ ਸੈਂਟਰਸ ਖੁੱਲ ਗਏ ਨੇ, ਜਿੱਥੇ ਯੂ ਕਮ ਐਂਡ ਡੂ ਪ੍ਰੈਕਟਿਸ ਮੈਡੀਟੇਸ਼ਨ ਫੋਰ ਸਮ ਟਾਈਮ ਟੂ ਡੂ ਪ੍ਰੈਕਟਿਸ ਫੋਰ ਯੂਅਰ ਮਾਇੰਡ। ਸੰਗਤ ਇਹ ਨਹੀਂ ਹੈ, ਉਹ ਹੋ ਸਕਦੇ ਨੇ ਉਹਨਾਂ ਦੀਆਂ ਚਕਸਾਲਾਂ, ਉਹ ਥਾਂ, ਉਹ ਇੰਸਟੀਟਿਊਸ਼ਨ ਤੁਹਾਡੇ ਮੈਂਟਲ ਜਿਮਨਾਸਟਿਕ, ਬ੍ਰੇਨ ਜਿਮਨਾਸਟਿਕ ਵਾਸਤੇ, ਇੱਕ ਕਿਸੇ ਚੀਜ਼ 'ਤੇ ਧਿਆਨ ਲਾਉਣ ਲਈ ਜਾਂ ਉੱਚਾ ਉੱਚਾ ਕਿਸੇ ਮੰਤਰ ਦਾ ਉਚਾਰਨ ਕਰਨ ਲਈ ਜਾਂ ਕਿਸੇ ਹੋਰ ਚੀਜ਼ ਨੂੰ ਵੇਖਣ ਲਈ, ਉਹ ਹੋ ਸਕਦੇ ਨੇ ਮੈਂਟਲ ਜਿਮਨਾਸਟਿਕ। ਪਰ ਗੁਰੂ ਸਾਹਿਬ ਕਹਿੰਦੇ ਇਹ ਸੰਗਤ ਮੈਂਟਲ ਜਿਮਨਾਸਟਿਕ, ਇਹ ਸੰਗਤ ਬੜੀ ਵੱਡੀ ਬਖਸ਼ਿਸ਼। ਇਸ ਸੰਗਤ ਦੇ ਵਿੱਚ ਆ ਕੇ ਇੱਕ ਥਿਨ 'ਚ ਮਨ ਦੇ ਸਾਰੇ ਕਿਵਾੜ ਖੁੱਲ ਜਾਂਦੇ ਆ, ਬੱਜਰ ਕਪਾਟ ਵੀ ਖੁੱਲ ਜਾਂਦੇ ਆ। ਕੀ ਪਤਾ ਕਿਹਨੂੰ ਕਿਸ ਖਿਨ 'ਚ ਉਸ ਤ੍ਰਹਿਲੋਕੀ ਦੇ ਗਿਆਨ ਦੀ ਅਵਸਥਾ, ਪਰ ਇਹ ਹੁੰਦਾ ਭਾਂਡਾ ਜਿਸ ਵੇਲੇ ਤਿਆਰ ਹੋ। ਤਾਂਹੀਓ ਵਾਰ ਵਾਰ ਗੁਰੂ ਸਾਹਿਬ ਕਹਿੰਦੇ ਕਿ ਜਿਹਨੂੰ ਭਾਵੇ, ਜਿਹਦੇ ਮਸਤਕ 'ਤੇ ਭਾਵ ਹੈ, ਇਹਦੀ ਰਮਸ ਇਹ ਹੈ ਜੇ ਭਾਂਡਾ ਕੱਚਾ ਹੋਏਗਾ ਨਾ, ਜੇ ਕੱਚੇ ਭਾਂਡੇ ਦੇ ਵਿੱਚ ਗੁਰੂ ਕੇ ਨਾਮ ਦੀ ਦਾਤ ਆ ਜਾਵੇ ਤਾਂ ਭਾਂਡਾ ਖਿੜਕ ਜਾਏ, ਭਾਂਡਾ ਨਹੀਂ ਸਾਂਭ ਸਕੇਗਾ ਉਸ ਅਗਮੀ ਜੋਤ ਨੂੰ।
ਉਸ ਅਗਮੀ ਗਿਆਨ। ਇਸ ਕਰਕੇ ਇਸ ਜੀਆਂ ਨੂੰ, ਇਸ ਮਨੁੱਖਾਂ ਨੂੰ ਕਈ ਤਰ੍ਹਾਂ ਦੇ ਵਿਖਮ ਦੁੱਖਾਂ ਵਿੱਚੋਂ ਲੰਘਾਇਆ ਜਾਂਦਾ ਹੈ। ਖਾਸ ਕਰਕੇ ਗੁਰਸਿੱਖਾਂ ਨੂੰ, ਗੁਰਮੁੱਖਾਂ ਨੂੰ ਅਸੀਂ ਦੇਖਦੇ ਹਾਂ ਕਿ ਕਿਉਂ ਨਾਮ ਜਪਣ ਵਾਲਿਆਂ ਨੂੰ ਇੰਨੇ ਦੁੱਖ ਆਉਂਦੇ ਆ, ਕਿਉਂ ਇੰਨੇ। ਇਹ ਦੁੱਖ ਨਹੀਂ ਹੁੰਦੇ ਅਸਲ ਦੇ ਵਿੱਚ, ਇਹ ਅਸਲ ਦੇ ਵਿੱਚ ਇਮਤਿਹਾਨ ਹੁੰਦੇ ਆ, ਜਿੱਥੇ ਇਹ ਭਾਂਡਾ ਪੱਕ ਰਿਹਾ ਹੁੰਦਾ ਮਨ ਦਾ ਵੀ, ਤਨ ਦਾ ਵੀ, ਜਿੱਥੇ ਗੁਰੂ ਨੇ ਇਸ ਨਾਮ ਅੰਮ੍ਰਿਤ ਨੂੰ ਪਾਉਣਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਬੜੀ ਵੱਡੀ ਬਖਸ਼ਿਸ਼ ਕੀਤੀ ਹੈ ਕਿ ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਸਾਰੇ ਜਪੋ ਪਿੱਛੇ ਪਿੱਛੋਂ ਦੇ ਫਿਰ ਘਾਲ ਘਾਲ, ਬੜੀ ਘਾਲਨਾ ਤੋਂ ਬਾਅਦ ਜਿਨੀ ਨਾਮ ਤੇ ਆਇਆ ਗਏ ਮਸ਼ਕਤ। ਇਹ ਮਸ਼ਕਤ ਹੈ ਗੁਰੂ ਪਿਆਰਿਓ, ਇਸ ਸੰਗਤ ਚ ਆ ਕੇ ਕਿਸ ਖਿੰਨ ਚ ਜ਼ਿੰਦਗੀ ਦੇ ਅਰਥ ਤਬਦੀਲ ਹੋ ਜਾਣ, ਕੁਝ ਨਹੀਂ ਕਿਹਾ ਜਾ ਸਕਦਾ। ਇਸ ਕਰਕੇ ਇੱਥੇ ਥੋੜਾ ਸਮਾਂ ਧਿਆਨ ਟਿਕਾਉਣ ਦੇ ਨਾਲ ਜ਼ਿੰਦਗੀ ਦੇ ਹਰ ਕਾਰਜ ਦੇ ਵਿੱਚ ਧਿਆਨ ਟਿਕਣਾ ਸ਼ੁਰੂ ਹੋ ਗਿਆ। ਇਹ ਗੁਰੂ ਸਾਹਿਬ ਕਹਿੰਦੇ ਕਿ ਐਥੈ ਸਾਚੇ ਸੋ ਆਗੇ ਆਗੈ, ਸਾਚੇ ਮਨ ਸਾਚਾ ਸੱਚਾ ਸ਼ਬਦ ਰਚੇ। ਮਨ ਜੇ ਰਚ ਜੇ ਕੁਝ ਸਮੇਂ ਲਈ ਸ਼ਬਦ ਦੇ ਵਿੱਚ, ਸੱਚ ਦਾ ਅਨੁਭਵ ਹੁੰਦਾ, ਸੱਚਾ ਸੇਵੈ ਹੈ ਸੱਚ ਕਮਾਵੈ, ਸੱਚੋ ਸੱਚ ਕਮਾ ਬਣਿਆ, ਫਿਰ ਉਹ ਗੁਰੂ ਕਾ ਸਿੱਖ ਸਹਿਜੇ ਸਹਿਜੇ ਸੱਚ ਹੀ ਸੇਵਦਾ ਹੈ, ਸੱਚ ਹੀ ਕਮਾਉਂਦਾ ਹੈ, ਤੇ ਸੱਚ ਨੂੰ ਹੀ ਆਪਣੀ ਜ਼ਿੰਦਗੀ ਦਾ ਅਸਲ ਖਜ਼ਾਨਾ ਮੰਨਦਾ ਹੈ ਜੀ। ਹੋ ਵਾਰੀ ਜੀਉ ਵਾਰੀ, ਸੱਚਾ ਨਾਮ ਮਨ ਵਸਾਵਣਿਆ, ਸੱਚੇ ਸੇਵਹਿ ਸੱਚ ਕਸਮਾਵਹਿ, ਸੱਚੇ ਕੇ ਗੁਣ ਗਾਵਣਿਆ। ਗੁਰੂ ਅਮਰਦਾਸ ਜੀ ਕਹਿੰਦੇ ਜਿਨ੍ਹਾਂ ਨੇ ਆਪਣੇ ਮਨ ਨੂੰ ਟਿਕਾ ਕੇ ਇਸ ਨਾਮ, ਇਸ ਸ਼ਬਦ ਨੂੰ ਕਮਾ ਲਿਆ, ਰਚ ਲਿਆ ਆਪਣੇ ਹਿਰਦੇ ਵਿੱਚ, ਵਸਾ ਲਿਆ, ਭਾਵ ਮਨ ਟਿਕਣ ਤੋਂ ਬਾਅਦ ਹੀ ਖਜ਼ਾਨਾ ਮਿਲਦਾ ਹੈ, ਕਹਿੰਦੇ ਮੈਂ ਉਹਨਾਂ ਤੋਂ ਬਲਹਾਰ ਜਾਣਾ। ਸੱਚੇ ਸੇਵਹਿ ਸੱਚ ਸਮਾਵਹਿ, ਸੱਚੇ ਕੇ ਗੁਣ, ਉਹਨਾਂ ਦੀ ਜ਼ਿੰਦਗੀ ਦਾ ਆਧਾਰ ਹੀ ਹੁੰਦਾ, ਸੱਚੇ ਨੂੰ ਹੀ ਪਿਆਉਂਦੇ ਹੈ, ਉਸ ਪ੍ਰਭੂ ਦਾ ਹੀ ਚੇਤਾ ਕਰਦੇ ਹੈ, ਸੱਚ ਦੇ ਮਾਰਗ ਦੇ ਚੱਲਦੇ ਹੈ ਜੀ। ਰਹਾ ਪੰਡਿਤ ਪੜ੍ਹੈ ਸਾਧ ਨਾ ਪਾਵਹਿ, ਦੂਜੈ ਪਾਏ ਮਾਇਆ ਮਨ ਪਰਮਾਵਹਿ, ਮਾਇਆ ਮੋਹ ਸਭ ਸੁਧ ਗਵਾਈ, ਕਰ ਅਵਗਣ ਪੱਛੋਂ ਤਾਵਣਿਆ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਧਿਆਨਮ ਸਾਧੇ ਪੰਚ ਜਨਾਸਿਓ, ਸੰਗ ਨਾ ਛੁਟਕਿਓ ਅਦਕ, ਅਹੰ ਬੁੱਧ ਬਾਂਦੇ ਪਿਆਰੇ, ਇਨ ਵਿਦ ਮਿਲਣ ਨਾ ਜਾਈ। ਮੈਂ ਕੀਏ ਕਰਮ ਅਨੇਕਾ, ਕਰਨਾ ਕੀ ਹੈ, ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ। ਗੁਰੂ ਸਾਹਿਬ ਕਹਿੰਦੇ ਇਹ ਸਿਰਫ ਪੰਡਿਤ ਜਨੇਊ ਤੇ ਤੇੜ ਧੋਤੀ ਵਾਲਾ ਨਹੀਂ, ਇਹ ਅਸੀਂ ਸਾਡੇ ਸਾਰਿਆਂ ਨੂੰ ਕਿਹਾ ਗੁਰੂ ਸਾਹਿਬ ਜੀ ਨੇ। ਇਕੱਲੇ ਬਾਣੀ ਦਾ ਰਟਨ ਕਰ ਲੈਣਾ, ਰਟ ਲੈਣਾ, ਬਾਰੋਂ ਬਾਰੋਂ ਬਾਣੀ ਦੇ ਅਰਥ ਕਰ ਲੈਣਾ, ਭਾਵ ਅਰਥਾਂ ਵੱਲ ਨਾ ਜਾਣਾ। ਗੁਰੂ ਸਾਹਿਬ ਕਹਿੰਦੇ ਪੰਡਿਤ ਪੜ੍ਹੈ ਸਾਧ ਨਾ ਪਾਵੈ, ਸਵਾਦ ਨਹੀਂ ਆਏਗਾ ਬਾਣੀ ਦਾ, ਜੀਵਨ ਵੀ ਰੁੱਖਾ ਰਹਿ ਜਾਏਗਾ, ਮੁੜ ਕੇ ਮਨ ਦੇ ਅੰਦਰ ਇਹੀ ਤੋਖਲਾ ਹੋਏਗਾ, ਚੱਲੀਏ ਉੱਠ ਕੇ ਚੱਲੀਏ ਸੰਗਤ, ਬਹੁਤ ਸਮਾਂ ਹੋ ਗਿਆ, ਕਿਉਂਕਿ ਸਵਾਦ ਨਹੀਂ ਹੈ। ਸਵਾਦ ਵਾਲੀ ਬਿਰਤੀ ਜਿਹਨੂੰ ਆਏਗੀ, ਦੂਜਾ ਭਾਏ ਮਾਇਆ ਮਨ ਪਰਮਾਵੈ, ਮਨ ਦੂਜੇ ਪਾਸੇ ਭਟਕੇਗਾ, ਸੰਗਤ ਉੱਠ ਉੱਠ ਕੇ ਜਾਏਗਾ। ਮਾਇਆ ਮੋਹੋਂ ਸਭ ਸੁਧ ਗਵਾਈ, ਕਰ ਅਵਗਣ ਪੱਛੋ ਤਾਵਣਿਆ। ਗੁਰੂ ਸਾਹਿਬ ਕਹਿੰਦੇ ਇਸੀ ਮਾਇਆ ਦੇ ਮੋਹ ਦੇ ਵਿੱਚ ਅਸਲ ਜਿਹੜੀ ਸੁਧ ਸੀ ਆਪਣੀ ਜ਼ਿੰਦਗੀ ਨੂੰ ਸਮਝਣ ਦੀ, ਉਹ ਗਵਾਤੀ, ਤੇ ਅਵਗਣ ਕਰਕੇ ਇੱਥੋਂ ਪਛਤਾ ਕੇ ਜਾਵਾਂਗੇ ਜੀ। ਸਤਿਗੁਰ ਮਿਲੈ ਤਾਂ ਤਤ ਪਾਏ, ਹਰ ਕਾ ਨਾਮ ਮਨ ਵਸਾਏ, ਸ਼ਬਦ ਮਰੈ ਮਨ ਮਾਰੈ ਆਪਣਾ, ਮੁਕਤੀ ਕਾ ਦਰ ਪਾਵਣਿਆ। ਇਹ ਹੈ ਸਿੱਧੀ, ਇਹ ਹੈ ਪਰਮ ਤੱਤ ਦੀ ਵਿਚਾਰ। ਸਤਿਗੁਰੂ ਨੂੰ ਮਿਲ ਕੇ ਅਸਲ ਤੱਤ ਦੀ ਵਿਚਾਰ ਦਾ ਸਮਝ ਆਉਂਦਾ। ਜੇ ਬਾਣੀ ਉੱਤੋਂ ਹੀ ਪੜ ਲਈ ਫਿਰ ਤੱਤ ਤੇ ਗਵਾਚ ਗਿਆ। ਤੱਤ ਹੈ ਗਿਆਨ, ਤੱਤ ਹੈ ਪਰਮ ਅਵਸਥਾ, ਜਿੱਥੇ ਆਪਣੇ ਆਪ ਦੀ ਪਛਾਣ ਹੋਈ, ਜੇ ਅੰਦਰੋਂ ਪ੍ਰੇਮ ਰਸ ਆਉਣਾ ਸ਼ੁਰੂ ਹੋਇਆ, ਅੰਦਰੋਂ ਜੁੜਨਾ ਸ਼ੁਰੂ ਹੋਇਆ, ਅੰਦਰੋਂ ਸਹਿਜ ਸ਼ੁਰੂ ਹੋਇਆ। ਹਰ ਕਾ ਨਾਮ ਮਨ ਵਸਾਏ, ਨਾਮ ਮਨ ਚ ਵਸਿਆ, ਸ਼ਬਦ ਮਰੈ ਮਨ ਮਾਰੈ ਆਪਣਾ। ਸ਼ਬਦ ਪਹਿਲਾਂ ਹਉਮੈ ਨੂੰ, ਅਹੰਗ ਨੂੰ ਮਾਰੇਗਾ, ਫਿਰ ਉਸੀ ਸ਼ਬਦ ਦੀ ਬਰਕਤ ਨਾਲ ਉਹ ਜੀ ਆਪਣੇ ਮਨ ਤੇ ਕਾਬੂ ਪਾ ਲਏਗਾ, ਪੰਜ ਵਿਕਾਰਾਂ ਨੂੰ, ਮੁਕਤੀ ਦਾ ਕਾ ਦਰ ਪਾਵਣਿਆ, ਫਿਰ ਉਹ ਮੁਕਤੀ ਦੇ ਦਰ ਵੱਲ ਤੁਰੇਗਾ ਜੀ। ਕਿਲ ਵਿਖ ਕਾਟੈ ਕ੍ਰੋਧ ਨਿਵਾਰੇ, ਗੁਰ ਕਾ ਸ਼ਬਦ ਰੱਖੈ ਉਰ ਤਾਰੇ, ਸੱਚ ਰਤੇ ਸਦਾ ਬੈਰਾਗੀ, ਹਉਮੈ ਮਾਰ ਮਿਲਾਵਣਿਆ। ਗੁਰੂ
ਗ੍ਰੰਥ ਸਾਹਿਬ ਜੀ ਦੀ ਬਾਣੀ ਚ ਬਾਬਾ ਸ਼ੇਖ ਫਰੀਦ ਜੀ ਦਾ ਇੱਕ ਸ਼ਬਦ ਹੈ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ। ਗ੍ਰੋਧ ਕਰਨ ਲਈ ਮਨਾ ਨਹੀਂ ਕੀਤਾ, ਕ੍ਰੋਧ ਹੰਡਾਉਣ ਲਈ ਮਨਾ ਕੀਤਾ ਕਿ ਕਿੱਥੇ ਰਾਤ ਸਾਰੀ ਤੁਸੀਂ ਸੌਣ ਲੱਗੇ ਹੋ, ਕਿਸੇ ਦਾ ਕ੍ਰੋਧ ਤੁਹਾਡੇ ਮਨ ਚ ਫੁਰਨਾ ਬਣ ਕੇ ਬਹਿ ਗਿਆ, ਉਹ ਸਾਰੀ ਰਾਤ ਸੌਣ ਨਹੀਂ ਦੇਗਾ। ਇਸੇ ਲਈ ਇਹਨੂੰ ਕਹਿੰਦੇ ਕ੍ਰੋਧ ਨੂੰ ਹੰਡਾਉਣਾ। ਕ੍ਰੋਧ ਕਰਕੇ ਛੱਡ ਦੇਣਾ ਇਹ ਗੱਲ ਹੋਰ ਹੈ, ਕ੍ਰੋਧ ਹੰਡਾਉਣਾ ਬਿਮਾਰੀ ਹੈ। ਕ੍ਰੋਧ ਹੰਡਾਉਣਾ ਅਧਿਆਤਮਕ ਜੀਵਨ ਦਾ ਸਭ ਤੋਂ ਵੱਡਾ ਹਰਡਲ ਹੈ, ਸਭ ਤੋਂ ਵੱਡੀ ਰੁਕਾਵਟ ਹੈ। ਗੁਰੂ ਸਾਹਿਬ ਕਹਿੰਦੇ ਕਿਲਵਿਕ ਕੱਟ ਹੈ ਕ੍ਰੋਧ ਨਿਵਾਰੇ। ਇਹ ਕ੍ਰੋਧ ਹੰਡਾਉਣ ਵਾਲੀ ਜਿਹੜੀ ਅਵਸਥਾ ਹੈ ਇਹ ਨਾਮ ਨਿਵਾਰ ਦਿੰਦਾ, ਕ੍ਰੋਧ ਤੋਂ ਉਪਰਾਮ ਹੋ ਜਾਂਦਾ ਉਹ ਗੁਰੂ ਪਾਸੇ। ਉਹਦੇ ਤੇ ਫਿਰ ਕ੍ਰੋਧ ਨਹੀਂ ਹੁੰਦਾ, ਉਹ ਹੁੰਦਾ ਵੀਰ ਰਸ। ਉਹਦਾ ਪ੍ਰੇਮ ਦੇ ਵਿੱਚ ਬੋਲਿਆ, ਸਹਿਜ ਵਿੱਚ ਬੋਲਿਆ ਲਫ਼ਜ਼ ਵੀ ਉਹ ਕਈਆਂ ਦੇ ਹਿਰਦਿਆਂ ਨੂੰ ਹਿਲਾ ਕੇ ਚਲਾ ਜਾਂਦਾ, ਇਹ ਹੁੰਦਾ ਵੀਰ ਰਸ ਵਾਲਾ। ਕ੍ਰੋਧ ਖਤਮ ਹੋ ਗਿਆ, ਵੀਰ ਰਸ ਅੰਦਰ ਆਇਆ, ਗੁਰ ਕਾ ਸ਼ਬਦ ਰੱਖਿਆ ਔਰ ਧਾਰੇ ਹਿਰਦੇ ਦੇ ਵਿੱਚ, ਗੁਰੂ ਕਾ ਸ਼ਬਦ ਸੰਭਾਲ ਕੇ ਰੱਖਿਆ, ਚੇਤੇ ਕੀਤਾ ਗੁਰੂ ਨੂੰ, ਸੱਚ ਰਸਤੇ ਸਦਾ ਬੈਰਾਗੀ, ਅੰਦਰ ਬੈਰਾਗ ਪੈਦਾ ਹੋਇਆ। ਬੈਰਾਗ ਜਿਸ ਵੇਲੇ ਪੈਦਾ ਹੋਏਗਾ, ਮਨ ਦੇ ਸਾਰੇ ਮੈਲ ਭਰੇ ਜਿੰਨੇ ਵੀ ਅੰਦਰ ਅੰਤਸ਼ ਕਰਨ ਦੇ ਇਹ ਗੜੇ ਨੇ, ਦਰਵਾਜ਼ੇ ਨੇ, ਕਹਿੰਦੇ ਇਹ ਢੁੱਲ ਜਾਣਗੇ, ਪੁਰਨੇ ਸਭ ਢੁੱਲ ਜਾਣਗੇ, ਮਨ ਐਨ ਪਵਿੱਤਰ ਹੋ ਜਾਏਗਾ। ਹੋਮੈ ਮਾਰ ਮਿਲਾਵਣਿਆ, ਹੋਮੈ ਮਰ ਗਈ, ਹੁਣ ਮੈਂ ਤੋਂ ਤੂੰ ਹੋ ਗਿਆ, ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਦੇ ਵਿੱਚ ਮਿਲ ਜਾਏਗਾ ਜੀ। ਅੰਤਰ ਰਤਨ ਮਿਲੇ ਮਿਲਾਇਆ, ਤ੍ਰਿਵਿਧ ਮਨਸਾ ਤ੍ਰਿਵਿਧ ਮਾਇਆ, ਪੜ ਪੜ ਪੰਡਿਤ ਮੋਨੀ ਥੱਕੇ, ਚੌਥੇ ਪਦ ਕੀ ਸਾਰ ਨਾ ਪਾਵਣਿਆ। ਗੁਰੂ ਅਮਰਦਾਸ ਜੀ ਕਹਿੰਦੇ ਮੈਂ ਜ਼ਿੰਦਗੀ ਦਾ ਅਨੁਭਵ ਕਰਕੇ ਦੇਖ ਲਿਆ, ਜੋਗੀਆਂ ਸਿੱਧੀਆਂ ਸਿੱਧਾਂ ਪੰਡਿਤਾਂ ਬ੍ਰਾਹਮਣਾਂ ਜਿੰਨੀਆਂ ਵੀ ਇਹ ਵਿੱਦਿਆ ਦੀ ਪ੍ਰਣਾਲੀਆਂ ਨੇ, ਸਕੂਲ ਆਫ ਥਾਟਸ ਨੇ, ਇਹਨਾਂ ਦੇ ਨਾਲ ਵਿਚਰ ਕੇ ਵੇਖ ਲਿਆ, ਕਹਿੰਦੇ ਅੰਤਰ ਰਤਨ ਮਿਲੇ ਮਿਲਾਇਆ। ਇਹ ਜਿਹੜਾ ਰਤਨ ਹੈ ਨਾ, ਇਹ ਤੇ ਅੰਦਰੋਂ ਮਿਲੇਗਾ, ਇਹ ਅੰਦਰ ਦੀ ਬੰਦਗੀ, ਇਹ ਹੈ ਮਨ ਦੇ ਬੰਦਗੀ ਦੇ ਵਿੱਚ ਅੰਦਰ ਅੰਤਸ਼ ਕਰਨ ਵੱਲ ਜਾਣਾ। ਅੰਤਰਗਤ ਤੀਰਥ ਮਲ ਨਾਉ ਜਿਹਨੂੰ ਕਿਹਾ ਗੁਰੂ ਸਾਹਿਬ ਕਹਿੰਦੇ, ਤ੍ਰਿਵਿਧ ਮਨਸਾ ਤ੍ਰਿਵਿਧ ਮਾਇਆ, ਇਹ ਜਿੰਨੇ ਕੁ ਵੀ ਬਾਹਰ ਦੀ ਪ੍ਰਣਾਲੀਆਂ ਨੇ ਨਾ, ਇਹ ਤ੍ਰੈ ਗੁਣੀ ਮਾਇਆ ਦੇ ਵਿੱਚ ਹੈ। ਤ੍ਰੈ ਗੁਣੀ ਮਨਸਾ ਹੈ, ਤਮੋ ਗੁਣ ਦੇ ਵਿੱਚ ਮਨ ਦੇ ਹੋਰ ਪੁਰਨੇ ਹੋ ਜਾਂਦੇ ਹੈ, ਰਜੋ ਗੁਣ ਚ ਹੋਰ ਹੋ ਜਾਂਦੇ, ਸਤੋ ਗੁਣ ਚ ਬੰਦਾ ਦਾਨੀ ਗੁਣੀ ਹੋ ਜਾਂਦਾ। ਪਰ ਗੁਰੂ ਸਾਹਿਬ ਕਹਿੰਦੇ ਗੁਰੂ ਕੇ ਸਿੱਖ ਲਈ ਇਹ ਤ੍ਰੈ ਗੁਣ ਨਹੀਂ ਬਣੇ, ਇਹ ਹੋਰ ਦੁਨੀਆਂ ਲਈ ਹੋਣਗੇ। ਇਹਨਾਂ ਦੇ ਵਿੱਚ ਮਨਸਾ ਹੈ, ਇਹਦੇ ਵਿੱਚ ਮਾਇਆ ਹੈ। ਪੜ ਪੜ ਪੰਡਿਤ ਮੋਨੀ ਫੱਕੇ, ਚੌਥੇ ਪਦ ਕੀ ਸਾਰ ਨਾ ਪਾਵਣਿਆ। ਇਹ ਜਿੰਨੇ ਵੀ ਬਾਹਰੋਂ ਪੜਨ ਵਾਲੇ ਸਕੂਲ ਆਫ ਥੋਟਸ ਨੇ, ਤ੍ਰੈ ਗੁਣਾਂ ਦੀ ਤੁਹਾਨੂੰ ਵਿਦਿਆ ਤੇ ਦੇ ਸਕਦੇ ਹੈ, ਪਰ ਚੌਥੇ ਪਦ ਦੀ ਜਿਹੜੀ ਗੱਤ ਹੈ ਉਹ ਤੁਹਾਨੂੰ ਅੰਦਰੋਂ ਹੀ ਪ੍ਰਾਪਤ ਹੋਣੀ ਹੈ ਜੀ। ਆਪੇ ਰੰਗੇ ਰੰਗ ਚੜਾਏ, ਸੇ ਜਨ ਰਾਤੇ ਗੁਰ ਸ਼ਬਦ ਰੰਗਾਏ, ਹਰ ਰੰਗ ਚੜਿਆ ਹੱਥੇ ਅਪਾਰਾ, ਹਰ ਰਸ ਰਸ ਗੁਣ ਗਾਵਣਿਆ। ਇਹ ਹੈ ਕਿ ਜਿਸ ਵੇਲੇ ਪ੍ਰਭੂ ਨੇ ਇਹ ਰੰਗ ਦਿੱਤਾ, ਰੰਗਣ ਵਾਲਾ ਜੇ ਰੰਗਿਆ ਸਾਹਿਬ ਐਸਾ ਰੰਗ ਨਾ, ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕਹਿ ਪਾਸ, ਧੂੜ ਤਿਨਾ ਕੀ ਜੇ ਮਿਲੇ ਜੀ, ਕਹੋ ਨਾਨਕ ਕੀ ਅਰਦਾਸ, ਸਾਰੇ ਜਪੋ ਆਪੇ ਸਾਜੇ, ਆਪੇ ਰੰਗੇ, ਆਪੇ ਨਦਰ ਕਰੇ, ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵੈ। ਜੇ ਬੰਦਾ ਯਤਨ ਕਰੇ ਕਿ ਵਿਦਿਆ ਨਾਲ ਆਪਣੀ ਮਤ ਨਾਲ ਮੈਂ ਇਹ ਰੰਗ ਰੰਗਾ ਲਾਂਗਾ, ਰੰਗੀਚਿਆ ਜਾਵਾਂਗਾ, ਗੁਰੂ ਸਾਹਿਬ ਕਹਿੰਦੇ ਨਾ ਨਾ, ਇਹ ਪੁਰਨਾਣਾ ਲਿਆਇਓ, ਆਪੇ ਰੰਗੇ ਰੰਗ ਚੜਾਏ, ਚੜਾਉਣ ਵਾਲਾ ਰੰਗ ਉਹ ਆਪੇ ਹੀ ਹੈ। ਸਾਡੇ ਰੰਗ ਹੋਣਗੇ ਕੱਚੇ ਕੁਸੁੰਭ ਵਾਲੇ, ਪ੍ਰਭੂ ਦਾ ਰੰਗ ਹੋਏਗਾ ਮਜੀਤ ਦਾ ਪੱਕਾ। ਗੁਰੂ ਸਾਹਿਬ ਕਹਿੰਦੇ ਸੇ ਜਨ ਰਾਤੇ ਗੁਰ ਸ਼ਬਦ ਰੰਗਾਏ, ਆਪਣੇ ਆਪ ਨੂੰ ਸ਼ਬਦ ਤੇ ਕੁਰਬਾਨ ਕਰ ਦਿਓ, ਬਲਹਾਰ ਕਰ ਦਿਓ, ਵਾਰ ਦਿਓ ਸ਼ਬਦ ਤੇ। ਗੁਰੂ ਸਾਹਿਬ ਕਹਿੰਦੇ ਫਿਰ ਸ਼ਬਦ ਰੰਗੇਗਾ, ਹਰ ਰੰਗ ਚੜਿਆ ਅਤ ਅਪਾਰਾ, ਰਸ 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 ਗੁਣ ਗਾਵਣਿਆ। ਇੱਕ ਵਾਰੀ ਨੀ, ਤਿੰਨ ਵਾਰੀ ਗੁਰੂ ਸਾਹਿਬ ਕਹਿੰਦੇ ਇੰਨਾ ਕੁ ਰਸ ਆਏਗਾ, ਇੰਨਾ ਰਸ ਆਏਗਾ ਉਹਦੇ ਗੁਣ ਗਾਵਣ ਦੇ ਵਿੱਚ, ਜੇ ਮਨ ਦੇ ਵਿੱਚ ਸ਼ਬਦ ਦਾ ਰੰਗ ਚੜ ਗਿਆ, ਗੁਰੂ ਬੜੀ ਬਖਸ਼ਿਸ਼ ਕਰਨਗੇ ਜੀ। ਗੁਰਮੁਖ ਰਿੱਧ ਸਿੱਧ ਸੱਚ ਸੰਜਮ ਸੋਈ, ਗੁਰਮੁਖ ਗਿਆਨ ਨਾਮ ਮੁਕਤ ਹੋਈ, ਗੁਰਮੁਖ ਕਾਰ ਸੱਚ ਕਮਾਵਹਿ,
ਸੱਚੇ ਸੱਚ ਸਮਾਵਣਿਆ। ਬੜੇ ਸਹਿਜ ਰੂਪ ਦੇ ਵਿੱਚ ਗੁਰਮੁਖ ਦੇ ਅੰਦਰ ਦਿੱਤੀਆਂ ਸਿਰੀਆਂ ਪਈਆਂ ਨੇ। ਗੁਰਮੁਖ ਵਰਤਦੇ ਨਹੀਂ ਹੈ, ਗੁਰਮੁਖ ਦ੍ਰਿਸ਼ਟਾਉਂਦੇ ਨਹੀਂ ਹੈਗੇ, ਗੁਰਮੁਖ ਦੇ ਵਿੱਚ ਹੈਗੀਆਂ। ਰਿੱਧ ਸਿੱਧ ਵੀ ਹੈ, ਸੱਚ ਨਾਮ ਵੀ ਹੈ, ਇਹਨਾਂ ਵਿਕਾਰੀ ਬਿਰਤੀਆਂ ਉੱਤੇ ਸੰਜਮ ਵੀ ਹੈ। ਸੰਜਮ ਸੋਈ, ਬੜਾ ਵੱਡਾ ਸੰਜਮ ਹੈ। ਗੁਰਮੁਖ ਗਿਆਨ ਨਾਮ ਮੁਕਤ ਹੋਈ, ਗੁਰਮੁਖ ਗੁਰੂ ਦੇ ਸਨਮੁਖ ਬੈਠ ਕੇ ਨਾਮ ਦੀ ਬੰਦਗੀ ਦੇ ਵਿੱਚ ਗਿਆਨ ਦੇ ਨਾਲ ਗੁਰੂ ਦੇ ਮੁਕਤੀ ਦਾ ਪਦਾਰਥ ਨਾਮ ਮਿਲਦਾ ਹੈ। ਗੁਰਮੁਖ ਕਾਰ ਸੱਚ ਕਮਾਵੇ ਸੱਚੇ ਸੱਚ, ਉਹ ਚੰਗੀ ਕਾਰ ਕਮਾਉਂਦੇ ਆ, ਸੱਚੀ ਕਾਰ ਕਮਾਉਂਦੇ ਆ। ਤੁਸੀਂ ਨੂੰ ਬਿਲਕੁਲ ਵੀ ਇਸ ਤਰ੍ਹਾਂ ਵਾਲੇ ਪਾਸੇ ਨਹੀਂ ਤੋੜਦੇ ਕਿ ਜਿਹਦੇ ਵਿੱਚ ਜਗਤ ਦਾ ਜਾਂ ਦੂਜਿਆਂ ਦਾ ਭਲਾ ਨਹੀਂ ਹੈ, ਉਹ ਸਭ ਦਾ ਭਲਾ ਮਨਾਉਂਦੇ ਆ। ਇਹ ਹੈ ਸਰਬਤ ਦੀ ਭਲੇ ਵਾਲੀ ਬਿਰਤੀ। ਸਤਿਗੁਰੂ ਕਹਿੰਦੇ ਇਹ ਗੁਰੂ ਦੀ ਬਖਸ਼ਿਸ਼ ਤੋਂ ਪ੍ਰਾਪਤ ਹੁੰਦੀ ਹੈ ਜੀ। ਗੁਰਮੁਖ ਥਾਪੇ ਥਾਪੇ ਉਤਾਪੇ, ਗੁਰਮੁਖ ਜਾਤ ਪਤ ਸਭ ਆਪੇ, ਨਾਨਕ ਗੁਰਮੁਖ ਨਾਮ ਧਿਆਏ, ਨਾਮੇ ਨਾਮ ਸਮਾਵਣਿਆ। ਗੁਰਮੁਖ ਥਾਪੇ ਥਾਪ ਉਥਾਪੇ, ਗੁਰਮੁਖ ਨੂੰ ਗੁਰੂ ਦੇ ਸਨਮੁਖ ਬੈਠਣ ਵਾਲਿਆਂ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਥਾਪਣ ਵਾਲਾ ਉਹ ਪ੍ਰਭੂ ਹੈ, ਥਾਪ ਕੇ ਉਥਾਪਣ ਵਾਲਾ ਵੀ ਦੁਬਾਰਾ ਉਹ ਹੈ। ਗੁਰਮੁਖ ਜਾਤ ਪਤ ਸਭ ਆਪੇ, ਗੁਰਮੁਖ ਦੀ ਜਿਹੜੀ ਜਾਤ ਤੇ ਪਾਤ ਹੁੰਦੀ ਹੈ ਨਾ, ਉਹ ਗੁਰੂ ਦੇ ਸ਼ਬਦ ਦੀ ਹੁੰਦੀ ਹੈ। ਹੁਣ ਗੁਰੂ ਦਾ ਹੀ ਹੈ ਜੋ ਠਾਕੁਰ ਕਾ ਸੋ ਸੇਵਕ ਕਾ, ਹੁਣ ਕੋਈ ਫਰਕ ਨਹੀਂ ਰਹਿ ਗਿਆ ਠਾਕੁਰ ਤੇ ਸੇਵਕ ਦੇ ਵਿੱਚ। ਨਾਨਕ ਗੁਰਮੁਖ ਨਾਮ ਧਿਆਏ, ਨਾਮੇ ਨਾਮ ਸਮਾਵਣਿਆ। ਗੁਰਮੁਖ ਜਿਹੜਾ ਹੈ ਨਾਮ ਨੂੰ ਧਿਆਉਂਦਾ ਹੈ ਤੇ ਨਾਮ ਨੂੰ ਉਚਰ ਕੇ ਨਾਮ ਦੇ ਵਿੱਚ ਸਮਾ ਜਾਂਦਾ ਹੈ ਜੀ। ਮਾਜ ਮਹਿਲਾ ਤੀਜਾ, ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ, ਗੁਰਮੁਖ ਵਰਤੈ ਸਭ ਆਪੇ ਸੱਚਾ, ਗੁਰਮੁਖ ਉਪਾਏ ਸਮਾਵਣਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਸ਼ਬਦ ਕਈ ਅਰਥਾਂ ਦੇ ਵਿੱਚ ਆਇਆ ਹੈ। ਸ਼ਬਦ ਬਾਣੀ ਲਈ ਵੀ ਆਇਆ, ਸ਼ਬਦ ਮੂੰਹ ਤੋਂ ਬੋਲੀ ਹੋਈ ਗੱਲਬਾਤ ਵਾਸਤੇ ਵੀ ਆਇਆ, ਸ਼ਬਦ ਹੁਕਮ ਲਈ ਵੀ ਆਇਆ, ਸ਼ਬਦ ਧਰਮ ਲਈ ਵੀ ਆਇਆ, ਸ਼ਬਦ ਗਿਆਨ ਵਾਸਤੇ ਵੀ ਆਇਆ, ਸ਼ਬਦ ਪਰਮਾਤਮਾ ਲਈ ਵੀ ਆਇਆ। ਇੱਥੇ ਜਿਹੜਾ ਸ਼ਬਦ ਆਇਆ ਇਹ ਹੁਕਮ ਲਈ ਆਇਆ। ਗੁਰੂ ਸਾਹਿਬ ਕਹਿੰਦੇ ਉਤਪਤ ਪਰਲੋ, ਉਤਪਤ ਕਹਿੰਦੇ ਸ੍ਰਿਸ਼ਟੀ ਬਣੀ, ਫਿਰ ਪਰਲੋ ਸ੍ਰਿਸ਼ਟੀ ਦਾ ਨਾਸ਼ ਹੋ ਜਾਣਾ, ਸ਼ਬਦੇ ਹੋਵੇ, ਇਹ ਪ੍ਰਭੂ ਦੇ ਹੁਕਮ ਵਿੱਚ ਸ਼ਬਦ ਹੁਕਮ ਹੈ। ਸ਼ਬਦੇ ਹੀ ਫਿਰ ਉਪਤ ਹੋਵੇ, ਫਿਰ ਸ਼ਬਦ ਭਾਵ ਹੁਕਮ ਤੋਂ ਹੀ ਪ੍ਰਭੂ ਤੋਂ, ਪ੍ਰਭੂ ਦੇ ਇਹ ਸ੍ਰਿਸ਼ਟੀ ਫਿਰ ਆਪਸ ਆਪਣੇ ਆਪ ਰੂਪ ਦੇ ਵਿੱਚ ਵਾਪਸ ਆ ਜਾਏਗੀ। ਉਹ ਬਣਾਉਂਦਾ ਹੈ, ਬਣਾ ਕੇ ਨਸ਼ਟ ਕਰਦਾ, ਫਿਰ ਬਣਾ ਦਿੰਦਾ। ਗੁਰਮੁਖ ਵਰਤੈ ਸਭ ਆਪੇ ਸੱਚਾ, ਗੁਰਮੁਖ ਉਪਾਏ ਸਮਾ ਬਣਿਆ। ਗੁਰੂ ਦੀ ਮਤ ਲੈ ਕੇ ਜਿਹੜਾ ਗੁਰੂ ਦੇ ਸਨਮੁਖ ਬੈਠਦਾ ਨਾ, ਉਹਨੂੰ ਇਹ ਪਤਾ ਹੁੰਦਾ ਕਿ ਇਹ ਸ਼ਬਦ ਹੀ ਵਰਤ ਰਿਹਾ। ਗੁਰਮੁਖ ਵਰਤੈ ਸਭ ਆਪੇ ਸੱਚਾ, ਗੁਰਮੁਖ ਜਾਣਦਾ ਕਿ ਇਹ ਹੁਕਮ ਦਾ ਸ਼ਬਦ ਵਰਤ ਰਿਹਾ ਸਾਰੇ ਪਾਸੇ। ਗੁਰਮੁਖ ਉਪਾਏ ਸਮਾਵਣਿਆ, ਉਸੀ ਹੁਕਮ ਰੂਪੀ ਸ਼ਬਦ ਨੂੰ ਹਿਰਦੇ ਵਿੱਚ ਵਸਾ ਕੇ ਗੁਰਮੁਖ ਆਪਣੇ ਪ੍ਰਭੂ ਦੇ ਵਿੱਚ ਸਮਾ ਜਾਂਦਾ ਹੈ ਜੀ। ਓ ਵਾਰੀ ਜੀ ਓ ਵਾਰੀ, ਗੁਰ ਪੂਰਾ ਮਨ ਵਸਾਵਣਿਆ, ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ, ਗੁਣ ਕਹਿ ਗੁਣੀ ਸਮਾਵਣਿਆ ਰਹਾਉ। ਗੁਰੂ ਅਮਰਦਾਸ ਜੀ ਬਲਹਾਰ ਜਾਂਦੇ ਆ ਜਿਨ੍ਹਾਂ ਨੇ ਇਸ ਸ਼ਬਦ ਰੂਪੀ ਹੁਕਮ ਨੂੰ ਸਮਝ ਕੇ ਆਪਣੇ ਮਨ ਵਿੱਚ ਇਹ ਸ਼ਬਦ ਵਸਾ ਲਿਆ। ਗੁਰ ਤੇ ਸਤ ਸ਼ਾਂਤ ਭਗਤ ਕਰੇ ਦਿਨ ਰਾਤੀ, ਉਹ ਗੁਰੂ ਦੇ ਸ਼ਬਦ ਦੇ ਵਿੱਚ ਸ਼ਾਂਤ ਰੂਪ ਭਗਤੀ ਵਿੱਚ ਜੁੜ ਜਾਂਦਾ ਸੀ। ਦਿਨ ਰਾਤ ਸ਼ਾਂਤੀ ਉਹਦੇ ਮਨ 'ਚ ਔਰ ਠੰਡ ਪੈਂਦੀ ਹੈ। ਗੁਣ ਕਹਿ ਗੁਣੀ ਸਮਾਵਣਿਆ, ਪ੍ਰਭੂ ਦੇ ਗੁਣ ਉਚਾਰਦੇ। ਗੁਣ ਉਚਾਰਨ ਕਿਵੇਂ ਕਰੀਏ? ਇਹ ਸ਼ਬਦ ਹੀ ਗਾਈਏ ਤੇਰੇ, ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੂ, ਤੂੰ ਠਾਕੁਰ ਊਚ ਭਗਵਾਨਾ। ਇਹ ਵਾਲੇ ਗੁਣ ਗਾਈਏ ਕਿ ਤੇਰੇ ਗੁਣ ਬਹੁਤੇ, ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਛ ਬੀਜਿਆ। ਗੁਰੂ ਸਾਹਿਬ ਕਹਿੰਦੇ ਇਹ ਵਾਲੇ ਗੁਣ ਗਾਉਣ ਦੇ ਨਾਲ ਗੁਰਸਿੱਖ ਗੁਣੀ ਹਾਰ ਪ੍ਰਭੂ ਦੇ ਵਿੱਚ ਸਮਾ ਜਾਂਦਾ ਹੈ। ਰਹਾਉ ਗੁਰਮੁਖ ਧਰਤੀ, ਗੁਰਮੁਖ ਪਾਣੀ, ਗੁਰਮੁਖ ਪਵਨ ਬੈਸੰਤਰ ਖੇਲੈ ਵਿਡਾਣੀ, ਸੋ ਨਿਗੁਰਾ ਜੋ ਮਰ ਮਰ ਜੰਮੈ, ਨਿਗੁਰੇ ਆਵਣ ਜਾਵਣਿਆ। ਇਹਨੂੰ ਸਮਝੋ, ਇਹ ਸ਼ਬਦ ਬੜਾ ਰਮਜ਼ੀ ਹੈ। ਗੁਰਮੁਖ ਜਾਣਦਾ ਹੈ
कि शब्द धरती दे विच भी वस रहा है, गुरमुख जानता है कि शब्द पानी दे विच भी है। ये तीन ये वैसे तो ये गुरु अमरदास जी पंजां तत्तां दा जिक्र कर रहे हैं, आप तेज वाय पृथ्वी आकाशा जिस तों ये सृष्टि बनी है। पर असी ये तत्त विगाड़ छड़े है ना, असी हवा शुद्ध छड़ी अपनी साह लैण लई, ना इस धरती का पानी शुद्ध छड़िया पीण वास्ते, ना इस धरती जिन्हों गुरु साहब जी ने माता धरत मात कहा, धरत मात कहा कि मां कहा इन्हू, कहिंदे ना इस धरती नूं असी शुद्ध छड़िया। ऑल थिंग्स हैव बीन कंटैमिनेटेड, सब कुछ आपां बर्बाद करता। गुरु साहब ओदी गल कर रहे कि गुरमुख बड़ा सुचेत हो जाता, गुरमुख ना सिर्फ बंदगी लई सुचेत हुंदा, गुरमुख एनवायरमेंटलिस्ट बनता, वो वातावरण लई बड़ा सुचेत हुंदा, उन्हूं वातावरण की गंदगी दे लई बड़ी सुचेतता हुंदी है, भाई की गंदगी नहीं फैलाउणी, बड़ी मर्यादा दे विच जिंदगी बतीत करता। गुरु अमरदास जी ये सिखा रहे, गुरमुख जानता कि यह धरती परमात्मा की बख्शिश है, ये पानी भी परमात्मा की बख्शिश है। गुरमुख जानता पवन हवा जिहड़ी पॉल्यूटिड करती है, मूँह ते कपड़े बन बन के बच्चे बंब जला रहे दिवाली दे, कादी सियाणप है, ये कादी सियाणप है। देखो मूँह भी अपना ढकया होया फिर भी आपां वो कुछ करी जा रहे हैं, जे पता है ये जहर ही आपां घोल रहे हैं, पर गुरमुख जानता है कि नहीं, ये पवन भी बड़ी शुद्ध है, इनू बचाउणा है। बैसंतर इहदा भी ध्यान रखना है, इस केड़े बैसंतर कहिंदे अग नूं खेला विडाणी, ये परमात्मा की खेड दे विच है, वो सुचेत हो जाता है। सो निगरा जो मर मर जमै निगरे आवण जावणिया, गुरु की मत नहीं लई, गुरु की सार नहीं लई, वह इनवायरमेंटलिस्ट बन भी नहीं सकता, वह कुदरत दे करते पुरख वाहगुरु की सृष्टि नाल भी नहीं जुड़ सकता। निगुरा जेड़ा है गुरु तो बिना वो आवन जावन की खेड च रहिंदा है जी। तिन करते एक खेल रचाया, काया शरीर है विच सब किच पाया, शब्द भेद कोई महल पाए, महले महल बुलावने आ। इसी तरह जिस तरह आपां बाहर दा एनवायरमेंट खराब करते हैं ना, कहिंदे प्रभु ने एक खेड अंदर दा भी रचाया होया, जिन्ना असी बाहर दा कंटैमिनेटेड करते हैं उन्ना शरीर बीमारियां तो कंटैमिनेटेड होया, ये सच है। तिन करता है एक खेल रचाया, ये बाहर दा जिहड़ा खेड वेख रहे हैं ना, यही खेड शरीर के अंदर दा, जो ब्रह्मंडे सोई पिंडे, जो खोजै सो पावै, काया शरीर है विच सब किच पाया, जिहड़ा इत्थे कॉन्टैमिनेटेड है इत्थे भी कॉन्टैमिनेटेड ही है, जे इत्थे पवित्र है तो फिर इत्थे भी पवित्र है। गुरु साहब कहिंदे उह सुचेत हुंदा है, गुरसिख उहनूं पता हुंदा है अंतर की गत, उहनूं अंतर बाहर की गत का पता हुंदा है, शब्द भेद कोई महल पाए, महले महल बुलावणिया, एक गुरमुखां की परम अवस्था है, शब्द नूं भेद के वह बड़ा सुचेत हो जाता है। गुरमुख का हर एक कदम बड़ी सुचेतता दे विच चलदा है, बड़ा कुछ सोचता है वो अपने लिए समाज लिए, दे लंबी नज़र निहालिए आने वाली पीढ़ियों लिए, उन्हें बड़ी फिक्र होती है। ये है कि प्रभु एहो जी बख्शिश करता है, उन्हें अपने महल दे विच महल बुला लेंदा है जी। सच्चा शाह सच्चे बन जा रे, सच बणन जह गुर हेत अपारे, सच विहज है सच कमाव है, सचो सच कमावणे आ। जेड़े सच्चे ने शाह कहिंदे प्रभु नूं, सच्चे शाह उस प्रभु दा ही वणज करदे, नाम जपदे ने, भाव उहदा ही हुकम वजाउंदे ने, जिस तरह प्रभु कहिंदा, जिहड़ी उहदी मर्यादा है, जिहड़ी उहदी ताकीद है, जिहड़े प्रभु दी शरीयत है, शरा है, उहदा हुकम है, उहदे विच गुरु का सिख तुरदा, सच वणज है गुर हेत अपारे, गुरु दे प्यार दे विच उह वणज करदा है, सच वंजन है सच कमावे सचो सच, वो सच ही वणजदा, उन्हें पता है कि यह सारी खलकत भी प्रभु की है, ये खलकत ही खुदा की है, जे खलकत लई जहर भोलांगे तो प्रभु नाल किवें मिलांगे जी। बिन रासी को वत क्यों पाए, मनमुख भूले लोक सबाए, बिन रासी सब खाली चले, खाली जाए दुख पावने आ। जिदे अंदर नाम दा रस है ही नहीं, उनू नाम दी वस्तु किवें मिल जाएगी, प्यार ही नहीं है ते प्यार खेड प्रभु किवें मिल जाएगा। बिन रासी बिना रस तो, बिन रासी को वत क्यों पावे, नाम वस्तु कितों मिलेगी। मनमुख भूले लोक सभाए, कहिंदे बड़े कहिंदे दुनिया एवें तुरी फिरदी है,
ਭਟਕਣਾ ਦੇ ਵਿੱਚ ਪ੍ਰਭੂ ਦੇ ਗਿਆਨ ਤੋਂ ਬਿਨਾਂ ਬਿਨ ਰਾਸੀ ਸਭ ਖਾਲੀ ਚੱਲੇ ਖਾਲੀ ਜਾਏ ਦੁੱਖ ਪਾਵਣਿਆ ਉਹਨਾਂ ਦਾ ਅੰਦਰ ਦਾ ਭਾਂਡਾ ਖਾਲੀ ਰਹਿੰਦਾ ਖਾਲੀ ਚਲੇ ਜਾਂਦੇ ਜੀ ਇੱਕ ਸੱਚ ਵੜੰਜਹਿ ਗੁਰ ਸ਼ਬਦ ਪਿਆਰੇ ਆਪ ਤਰਹਿ ਸਗਲੇ ਕੁਲ ਤਾਰੇ ਆਏ ਸੇ ਪਰਵਾਨ ਹੋਏ ਮਿਲ ਮਿਲ ਪ੍ਰੀਤਮ ਸੁਖ ਪਾਵਣਿਆ ਇੱਕ ਸੱਚ ਵੜੰਜਹਿ ਗੁਰ ਸ਼ਬਦ ਪਿਆਰੇ ਜਿਹੜੇ ਇੱਕ ਨੂੰ ਪਿਆਉਂਦੇ ਨੇ ਉਹ ਸੱਚ ਦਾ ਵਣਜ ਕਰਦੇ ਨੇ ਸੱਚਾਈ ਦਾ ਸੱਚ ਵਾਲੇ ਮਾਰਗ ਦਾ ਸਭ ਕੁਛ ਸੱਚ ਹੀ ਹੈ ਮਾੜਾ ਕੁਛ ਨਹੀਂ ਹੈ ਨਾ ਕੁਦਰਤ ਲਈ ਮਾੜਾ ਨਾ ਲੋਕਾਂ ਲਈ ਮਾੜਾ ਨਾ ਲੁਕਾਈ ਲਈ ਨਾ ਹਲਕਤ ਲਈ ਨਾ ਉਸ ਪ੍ਰਭੂ ਦੀ ਬੰਦਗੀ 'ਚ ਸਭ ਕੁਛ ਸੱਚ ਹੁੰਦਾ ਗੁਰੂ ਸਾਹਿਬ ਕਹਿੰਦੇ ਆਪ ਤਰ੍ਹਾਂ ਸਗਲੇ ਕੁੱਲ ਤਾਰੇ ਇੱਥੇ ਕੁੱਲ ਜਿਹੜੀ ਹੈ ਨਾ ਲੱਲਾ ਮੁਕਤਾ ਹੈ ਕੁੱਲ ਤੋਂ ਭਾਵ ਇੱਕ ਸਾਡੀ ਆਪਣੀ ਇੱਕ ਬੰਦੇ ਦੀ ਇੱਕ ਕੁੱਲ ਨਹੀਂ ਸਾਰੀ ਸ੍ਰਿਸ਼ਟੀ ਹੈ ਸਗਲੇ ਸਾਰੀਆਂ ਦੀ ਕੁੱਲ ਤਾਰਦਾ ਭਾਵ ਧਰਤੀ ਤੇ ਜਿੰਨੇ ਵੀ ਜੀ ਹੈ ਨਾ ਉਹਨਾਂ ਦਾ ਭਲਾ ਸੋਚਦਾ ਉਹ ਸਾਰਿਆਂ ਦਾ ਉਹ ਭਲਾ ਸੋਚਦਾ ਆਪ ਤਾਂ ਤਰਦਾ ਸਾਰਿਆਂ ਦਾ ਭਲਾ ਸੋਚਦਾ ਆਏ ਸੇ ਪ੍ਰਵਾਨ ਹੋਏ ਮਿਲ ਪ੍ਰੀਤਮ ਸੁਖ ਪਾਵਣਿਆ ਉਹ ਇਸ ਧਰਤੀ ਤੇ ਆਉਣਾ ਉਹਨਾਂ ਦਾ ਪ੍ਰਵਾਨ ਹੈ ਉਹ ਵਿਰਲੇ ਆਉਂਦੇ ਹੈ ਇਸ ਧਰਤੀ ਦੇ ਉੱਤੇ ਪਰ ਜਦ ਇਹ ਆਉਂਦੇ ਹੈ ਉਹਨਾਂ ਦਾ ਆਉਣਾ ਵੀ ਪ੍ਰਵਾਨ ਹੈ ਉਹ ਸਾਰਿਆਂ ਨੂੰ ਦੁੱਖ ਦੇ ਸੁਖ ਦੇ ਕੇ ਜਾਂਦੇ ਸਭ ਦੇ ਦੁੱਖ ਖਤਮ ਕਰਕੇ ਜਾਂਦੇ ਹੈ ਜੀ ਅੰਤਰ ਵਸਤ ਮੂੜਾ ਬਾਹਰ ਭਾਲੇ ਮਨਮੁਖ ਅੰਧੇ ਫਿਰੇ ਬੇਤਾਲੇ ਜਿੱਥੇ ਵੱਤ ਹੋਵੇ ਤਿੱਥੋਂ ਕੋਈ ਨਾ ਪਾਵੇ ਮਨਮੁਖ ਪਰਮ ਭੁਲਾਵਣਿਆ ਵਸਤੇ ਅੰਦਰ ਹੈ ਸਭ ਕੁਛ ਘਰ ਮੈਂ ਹੈ ਬਾਹਰ ਨਾ ਹੀ ਬਾਹਰ ਤੋਂ ਲੈ ਸੋ ਪਰਮ ਭੁਲਾਵੇ ਗੁਰੂ ਸਾਹਿਬ ਕਹਿੰਦੇ ਗੁਰ ਪ੍ਰਸਾਦੀ ਜਿਨ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀ ਅੰਦਰ ਵੀ ਚੰਗਾ ਬਾਹਰ ਵੀ ਚੰਗਾ ਕਹਿੰਦੇ ਜਿਹੜੀ ਵਸਤ ਅੰਦਰ ਹੈ ਮੂੜਾ ਮੂਰਖ ਬਾਹਰ ਭਾਲਦਾ ਫਿਰਦਾ ਮਨਮੁਖ ਅੰਧੇ ਫਿਰ ਹੈ ਬੇਤਾਲੇ ਤਾਲ ਤੋਂ ਬਿਨਾਂ ਭਾਵ ਜੀਵਨ ਦੀ ਚਾਲ ਤੋਂ ਪੁੱਠਾ ਚੱਲਦਾ ਕੁਦਰਤ ਦੇ ਹੁਕਮ ਨੂੰ ਉਹ ਬਰਬਾਦ ਕਰਦਾ ਸ੍ਰਿਸ਼ਟੀ ਨੂੰ ਨੁਕਸਾਨ ਪਹੁੰਚਾਉਂਦਾ ਜ਼ਹਿਰ ਘੋਲਦਾ ਨਾਨਕ ਨਾਮ ਮਿਲੇ ਵਡਿਆਈ ਆਪੇ ਸੁਣ ਸੁਣ ਧਿਆਵਣਿਆ ਫਿਰ ਪ੍ਰਭੂ ਆਵਾਜ਼ ਮਾਰਦੇ ਨੇ ਆਪੇ ਦੇਵੈ ਸ਼ਬਦ ਬੁਲਾਏ ਆਓ ਜੀ ਤੂੰ ਆਓ ਹਮਾਰੇ ਹਰ ਜਸ ਸ਼ਰਵਣ ਸੁਣਾਵਣਾ ਆਓ ਬੈਠੋ ਸੁਣੀਏ ਵਿਚਾਰੀਏ ਸੱਚ ਦੀ ਵਿਚਾਰ ਨਾ ਸਿਰਫ ਆਪਣਾ ਭਲਾ ਕਰੀਏ ਦੁਨੀਆਂ ਦਾ ਕੁਦਰਤ ਦਾ ਧਰਤੀ ਦਾ ਸ੍ਰਿਸ਼ਟੀ ਦਾ ਸਭ ਦਾ ਭਲਾ ਕਰੀਏ ਗੁਰੂ ਸਾਹਿਬ ਕਹਿੰਦੇ ਮਹਿਲੀ ਮਹਿਲ ਸਹਿਜ ਸੁਖ ਪਾਏ ਹਿਰਦੇ ਦੇ ਮਹਿਲ ਚ ਸਹਿਜ ਰੂਪੀ ਸੁਖ ਮਾਣਦੇ ਨੇ ਨਾਨਕ ਨਾਮ ਮਿਲੇ ਵਡਿਆਈ ਨਾਮ ਦੇ ਵਿੱਚ ਸਾਰੀਆਂ ਵਡਿਆਈਆਂ ਸਾਰੀਆਂ ਦਾਤਾਂ ਨੇ ਆਪੇ ਸੁਣ ਸੁਣ ਧਿਆਵਣਿਆ ਪ੍ਰਭੂ ਹਿਰਦੇ ਵਿੱਚ ਵੱਸਦਾ ਫਿਰ ਆਪ ਹੀ ਆਪਣੇ ਸਿੱਖ ਤੋਂ ਕਹਾਉਂਦਾ ਕਿ ਤੂੰ ਜਪ ਸਿੱਖ ਜਪਦਾ ਪ੍ਰਭੂ ਆਪ ਸੁਣ ਸੁਣ ਕੇ ਹੀ ਉਹ ਨਾਮ ਹਿਰਦੇ ਦੇ ਵਿੱਚ ਵਸਾ ਦਿੰਦਾ ਹੈ ਇੱਕ ਮਿਕ ਕਰ ਦਿੰਦਾ ਹੈ ਸਿੱਖ ਧਿਆਉਂਦਾ ਤੇ ਪ੍ਰਭੂ ਸੁਣਦਾ ਬੈਠ ਕੇ ਇਹ ਬੜੀ ਬਖਸ਼ਿਸ਼ ਹੁੰਦੀ ਹੈ ਗੁਰੂ ਅਮਰਦਾਸ ਜੀ ਕਹਿੰਦੇ ਇਹ ਵਾਲੀ ਬਖਸ਼ਿਸ਼ ਪਰਮ ਅਵਸਥਾ ਦੀ ਹੈ ਸ੍ਰਿਸ਼ਟੀ ਦਾ ਧਰਤੀ ਦਾ ਦੁਨੀਆਂ ਦਾ ਸਾਰਾ ਗਿਆਨ ਇਹਦੇ ਵਿੱਚ ਪਿਆ ਹੋਇਆ ਪਰਮ ਗਿਆਨ ਜਿਹੜਾ ਗਿਆਨ ਕੋਈ ਬੰਦਾ ਕੋਈ ਕਿਤਾਬਾਂ ਕੋਈ ਬਾਹਰੀ ਰੂਪ 'ਚ ਤੁਹਾਨੂੰ ਇਸ ਰੂਪ 'ਚ ਨਹੀਂ ਦੇ ਸਕਦਾ ਗੁਰੂ ਸਾਹਿਬ ਧੁਰ ਅੰਦਰ ਤੱਕ ਆਪੇ ਦੇ ਵਿੱਚ ਜਾ ਕੇ ਇਹ ਗੱਲ ਪਾਉਂਦੇ ਨੇ ਧੰਨਵਾਦ ਹੈ ਸਾਰਿਆਂ ਦੇ ਮਾਨ ਪਿਆਰ ਦਾ ਜੀ ਭੁੱਲਾਂ ਚੁੱਕਾਂ ਦੀ ਖਿਮਾ ਗੱਜ ਵੱਜ ਕੇ ਫਤਿਹ ਬੁਲਾਓ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀਓ